ਕਿਰ ਕਰੇ ਕਿਵੇਂ ਜਾਉਂਗੀ ਮੈਨੂੰ ਤਾਂ ਸੰਗ ਲੱਗਦੀ ਆ ਸੰਗ ਨਹੀਂ ਪੜੀ ਲਿਖੀ ਹੈਗੀ ਹੁਣ ਵੀ ਸੰਗੀ ਜਾਂਦੀ ਆ ਤੂੰ ਆਪਦਾ ਘਰ ਸਾਂਝ ਉਹ ਤਾਂ ਠੀਕ ਆ ਕਿ ਤੂੰ ਇਹਨਾਂ ਮੰਮੀ ਕੁੱਟਣ ਲੱਗ ਜੇ ਮੈਨੂੰ ਉਹ ਨਹੀਂ ਕੁੱਟਦੀ ਬਾਲੀ ਸਿਆਣੀ ਮੰਮੀ ਆਏ ਹਾਏ ਮੰਮੀ ਆ ਕਿਹਨੂੰ ਲੈ ਕੇ ਆ ਗਿਆ ਚੰਨੀ ਸਤਿ ਸ਼੍ਰੀ ਅਕਾਲ ਮੰਮੀ ਮਾਂ ਇਹਨੂੰ ਨੂੰ ਹੀ ਸਮਝ ਤੂੰ ਦੱਸਿਆ ਤਾਂ ਹੈਗਾ ਸੀ ਮੈਂ ਹਾਂ ਪੁੱਤ ਤੂੰ ਗੱਲ ਤਾਂ ਕਰਦਾ ਸੀ ਅੱਛਾ ਇਹ ਉਹ ਲੜਕੀ ਹੈ ਹਾਂ ਠੀਕ ਹੈ ਠੀਕ ਹੈ ਰੀਤ ਹਾਂ ਆ ਅੰਦਰ ਹੀ ਆਇਆ ਚਲੋ ਅੰਦਰ ਹੀ ਚਲੋ ਚਲੋ ਪੁੱਤ ਤੁਸੀਂ ਬੈਠੋ ਮੈਂ ਤੁਹਾਡੇ ਵਾਸਤੇ ਪਾਣੀ ਲੈ ਕੇ ਆਈ ਠੀਕ ਹੈ ਮੰਮੀ ਮੰਮੀ ਤਾਂ ਤੁਹਾਡੇ ਨਾਲ ਬਹੁਤ ਵਧੀਆ ਸੁਭਾਅ ਦੇ ਲੱਗਦੇ ਆ ਬਹੁਤ ਚੰਗੀ ਹੈ ਮੈਨੂੰ ਪਾਲਣ ਪੋਸ ਕੀਤਾ ਮੈਂ ਦੁਕਾਨ ਕਰਾਈ ਹੈ ਮੇਰੀ ਮੰਮੀ ਕਰਕੇ ਹੋਇਆ ਸਾਰਾ ਕੁਝ ਨਹੀਂ ਅੱਜ ਮੈਂ ਦਿਹਾੜੀਆਂ ਕਰਦਾ ਫਿਰਦਾ ਰਹਿੰਦਾ ਸਹੀ ਗੱਲ ਆ ਐ ਜੀ ਮੈਂ ਤੇ ਕਰਮ ਵਾਲੇ ਨੂੰ ਮਿਲਦੀ ਹੈ ਦਿਲ ਜਮਾਂ ਨਹੀਂ ਕੁਛ ਕਿਹਾ ਮੇਰੀ ਮਾਂ ਮੈਂ ਪਹਿਲਾਂ ਗੱਲ ਕੀਤੀ ਸੀ ਆਲ ਪੁੱਤ ਪਾਣੀ ਪੀ ਲਓ ਮੈਂ ਠੰਡਾ ਲਿਆਉਣਾ ਸੀ ਪਾਣੀ ਨਾ ਕਿੱਥੇ ਪੁੱਤ ਰੁੱਤ ਬਦਲ ਗਈ ਕੋਈ ਨਾ ਠੰਡਾ ਕੋਈ ਨਾ ਚਾਹ ਪਿਆਵਾਂਗੇ ਇਹਨੂੰ ਕਾਫੀ ਪਿਆ ਦਾਂਗੇ ਜਾ ਕੋਈ ਨਹੀਂ ਮੰਮੀ ਹਾਂ ਤੈਨੂੰ ਪਤਾ ਲੱਗ ਗਿਆ ਨਾ ਪਹਿਲੇ ਹੀ ਵੀ ਕਾਫੀ ਪੀਂਦੀ ਕੁੜੀ ਅੱਛਾ ਪਤਾ ਕਿਵੇਂ ਲੱਗੇ ਹੁਣ ਪੜ੍ਹੇ ਲਿਖੇ ਜਵਾਕਾਂ ਦਾ ਪਤਾ ਹੀ ਹੁੰਦਾ ਆਪਾਂ ਨੂੰ ਕੀ ਖਾਂਦੇ ਪੀਂਦੇ ਐ ਹੋਰ ਦੱਸੋ ਮੰਮੀ ਹਾਂ ਪੁੱਤ ਵਧੀਆ ਠੀਕ ਠਾਕ ਤੇ ਕਿੰਨਾ ਪੜ੍ਹ ਲਿਆ ਪੁੱਤ ਹੁਣ ਤੂੰ ਮੰਮੀ ਮੈਂ ਬੀਏ ਕੀਤੀ ਆ ਬੀਏ ਕੀਤੀ ਆ ਇਹ ਕੀ ਬੀਏ ਕੀ ਹੁੰਦੀ ਆ ਪੁੱਤ ਮਾਂ 12ਵੀਂ ਤੋਂ ਬਾਅਦ ਇਹ 3 ਕਲਾਸਾਂ ਆਉਂਦੀਆਂ ਅੱਛਾ ਜੇ 15 ਪੜ ਗਈ ਏ ਠੀਕ ਆ ਠੀਕ 15 ਪੜ ਗਈ ਹਾਂ ਤੇ ਫਿਰ ਉਹ ਕੀ ਕਹਿੰਦੇ ਹੁੰਦੇ ਆ ਕਰਦੇ ਹੁੰਦੇ ਆ ਬਾਹਰ ਜਾਣ ਵਾਸਤੇ ਉਹ ਕਰਨੀ ਉਹ ਹੀ ਗੱਲ ਕਰਨ ਵਾਸਤੇ ਆਈ ਸੀ ਇਹ ਅੱਛਾ ਆਈਲੈਟਸ ਆਈਲੈਟ ਹੁੰਦਾ ਕਿ ਆਈਲੈਟਸ ਹੁੰਦਾ ਹੈ ਅੱਛਾ ਅੱਛਾ ਠੀਕ ਆ ਠੀਕ ਆ ਫਿਰ ਉਹ ਕਰ ਲਈਦਾ ਮੰਮੀ ਉਹ ਹੀ ਕਰਨੀ ਆ ਅੱਛਾ ਦੇਖ ਲੈ ਵੀ ਮੁੰਡਾ ਤੇਰੇ ਨਾਲ ਤਾਂ ਇਹ ਸ਼ਿਆਰ ਲੱਗਦੀ ਹੈ ਮੈਨੂੰ ਸ਼ਿਆਰ ਤਾਂ ਹੈਗੀ ਆ ਤਾਂ ਮੈਂ ਤੈਨੂੰ ਦੱਸਿਆ ਸੀ ਨਾ ਵੀ ਇਹਦੀ ਮਾਂ ਹੀ ਆ ਕੱਲੀ ਅੱਛਾ ਕਰ ਨਹੀਂ ਸਕਦੀ ਇਹਦਾ ਸੁਪਨਾ ਹੈਗਾ ਬਾਹਰਲੇ ਦੇਸ਼ ਜਾਣ ਦਾ ਤੇ ਮੈਨੂੰ ਕਹਿੰਦੀ ਆਪਾਂ ਦੋਨੇ ਭਗ ਚੱਲਾਂਗੇ ਬਾਹਰਲੇ ਦੇਸ਼ ਤੇ ਆ ਮੈਨੂੰ ਕੋਰਸ ਕਰਾ ਦੇ ਤੇ ਮੈਂ ਚਲ ਮਾਂ ਨਾਲ ਗੱਲ ਕਰ ਲਾਂਗੇ ਨਾਲੇ ਮੰਮੀ ਚੰਨੀ ਦੀ ਜ਼ਿੰਦਗੀ ਬਣ ਜੂਗੀ ਇੱਥੇ ਦੁਕਾਨ ਤੇ ਇਹਨੂੰ ਕਿਤੇ ਵਿਚਾਰੇ ਨੂੰ ਕਿੰਨਾ ਕੁ ਰੁਪਈਆ ਬਚਦਾ ਹੋਣਾ ਬਸ ਪੁੱਤ ਆਪਦਾ ਟਾਈਮ ਪਾਸ ਹੋਈ ਜਾਂਦਾ ਆ ਤਾਂ ਪੁੱਤ ਵਧੀਆ ਸੋਚਿਆ ਫਿਰ ਤੁਸੀਂ ਹਾਂ ਮਾਂ ਹੂੰ ਮੈਂ ਇਹਨੂੰ ਆਖਿਆ ਚਲ ਬੀਬੀ ਨਾਲ ਗੱਲ ਕਰਨੀ ਜ਼ਰੂਰੀ ਆ ਮੇਰੀ ਮਾਂ ਹੀ ਆ ਕੱਲੀ ਮੈਂ ਤਾਂ ਪੁੱਛੇ ਬਗੈਰ ਕੋਈ ਗੱਲ ਨਹੀਂ ਕਰਦਾ ਮੈਂ ਕਿਹਾ ਠੀਕ ਆ ਤੇ ਇੱਧਰ ਵੀ ਤਾਂ ਇਹਦੀ ਮਾਂ ਹੀ ਐ ਤੂੰ ਬੇਟਾ ਉਹਦੇ ਮਾਂ ਨਾਲ ਰਹਿ ਕਰ ਲਈ ਹਾਂਜੀ ਮੰਮੀ ਮੇਰੇ ਮੰਮੀ ਤਾਂ ਕੁਝ ਨਹੀਂ ਕਹਿੰਦੇ ਉਹ ਤਾਂ ਮੰਨ ਹੀ ਜਾਣਗੇ ਚਲ ਫਿਰ ਜਿਹੜਾ ਮੇਰਾ ਸੁਪਨਾ ਹੀ ਐ ਬਾਹਰ ਜਾਣ ਦਾ ਉਹਨਾਂ ਨੂੰ ਕੋਈ ਇਤਰਾਜ਼ ਨਹੀਂ ਹੈਗਾ ਠੀਕ ਐ ਪੁੱਤ ਇਸੇ ਬਹਾਨੇ ਨਾਲ ਕੀ ਪਤਾ ਸਾਨੂੰ ਵੀ ਬਾਹਰਲਾ ਮੁਲਕ ਦਿਸ ਜੇ ਹਾਂ ਮੰਮੀ ਤੁਹਾਨੂੰ ਤਾਂ ਪਹਿਲਾਂ ਲੈ ਕੇ ਜਾਵਾਂਗੇ ਚਲ ਫਿਰ ਤਾਂ ਮੇਰਾ ਬੜਾ ਵੱਡਾ ਸੁਪਨਾ ਪੂਰਾ ਹੋਣ ਵਾਲਾ ਜਲਦੀ ਹਾਂ ਮਾਂ ਪੰਡਤ ਨੇ ਦੱਸਿਆ ਜੀ ਵੀ ਆਪਾਂ ਬਾਹਰਲੇ ਦੇ ਜਾਵਾਂਗੇ ਤੇ ਉਹ ਸੁਪਨਾ ਪੂਰਾ ਹੋ ਗਿਆ ਵੀ 7 ਮਹੀਨੇ ਚ ਆਖੇ ਜੀ ਆਪਾਂ ਨੂੰ ਵੀ ਆਪਾਂ ਨੂੰ 7 ਮਹੀਨੇ ਵੇ ਲੱਗ ਗਈ 2 ਮਹੀਨੇ ਵੱਧ ਲੱਗ ਜਾਣਗੇ ਹੋਰ ਕੀ ਚੱਲ ਕੋਈ ਨਾ ਫਿਰ ਤਾਂ ਤੁਸੀਂ ਪੁੱਤ ਇਹ ਕੰਮ ਦੀ ਤਿਆਰੀ ਕਰ ਲਓ ਹਾਂਜੀ ਮੰਮੀ ਠੀਕ ਹੈ ਬਾਕੀ ਮੈਂ ਤੁਹਾਡਾ ਹਰ ਗੱਲ 'ਚ ਸਾਥ ਦੇਵਾਂਗੀ ਬਸ ਇੱਕ ਵਾਰੀ ਆਈਲੈਟਸ ਕਰ ਲਈ ਆਪਾਂ ਉਹ ਤੋਂ ਬਾਅਦ ਫਿਰ ਆਪਾਂ ਤਿਆਰੀ ਕਰ ਦਾਂਗੇ ਸ਼ੁਰੂ ਠੀਕ ਹੈ ਠੀਕ ਹੈ ਚਲੋ ਤੁਸੀਂ ਬੈਠੋ ਮੈਂ ਤੁਹਾਡੇ ਵਾਸਤੇ ਕਾਫੀ ਤਿਆਰ ਕਰਦੀ ਹਾਂ ਹਾਂ ਮਾਂ ਚਲੋ ਚੰਗਾ ਕਰੋ ਗੱਲਾਂ ਤੁਸੀਂ ਤੈਨੂੰ ਦੱਸਿਆ ਸੀ ਨਾ ਮੇਰੀ ਮਾਂ ਬਾਲੀ ਚੰਗੀ ਹੈ ਤੂੰ ਕਹੇ ਨਾ ਕਰ ਦੂਗੀ ਉਹ ਅੱਜ ਕੱਲ੍ਹ ਚੱਲੀ ਤੇ ਜਾਂਦੀ ਆ ਵੀ ਆ ਐਂ ਹੋ ਜਾਂਦਾ ਐਂ ਡਰ ਜਾਂਦੇ ਮੇਰੀ ਮਾਂ ਨਹੀਂ ਦੱਸਦੀ ਜਿਹੜਾ ਕਰਮਾਂ 'ਚ ਲਿਖਿਆ ਨਾ ਉਹੀ ਮਿਲਣਾ ਹੁੰਦਾ ਹਾਂ ਇਹ ਤਾਂ ਹੈਗਾ ਜਿਹੜਾ ਕਰਮਾਂ 'ਚ ਲਿਖਿਆ ਨਾ ਉਹੀ ਮਿਲਦਾ ਬੰਦੇ ਨੂੰ ਉਸੇ 'ਚ ਸਬਰ ਕਰਨਾ ਚਾਹੀਦਾ ਚੱਲ ਮੈਂ ਤੈਨੂੰ ਘਰ ਤੱਕ ਕਿਨੇ ਮਾਜ ਚੱਲ ਠੀਕ ਆ ਛੋਟਾ ਇਹ ਘਰ ਆ ਫਿਰ ਆ ਆ ਅੱਜ ਵਾਰ ਆ ਗਏ ਹਾਂ ਘਰ ਤਾਂ ਬਹੁਤ ਸੋਹਣਾ ਚੰਨੀ ਛੋਟਾ ਹੈ ਪਰ ਬਹੁਤ ਵਧੀਆ ਬਣਾਇਆ ਹੋਇਆ ਹਾਂ ਦੇਖ ਲਾ ਜਦੋਂ ਮੇਰੀ ਬਾਪੂ ਦੀ ਡੈਥ ਹੋਈ ਸੀ ਨਾ ਬਾਅਦ 'ਚ ਮੇਰੀ ਮਾਂ ਨੇ ਮਿਹਨਤ ਕਰ ਕਰਕੇ ਪਾਇਆ ਹੈ ਸਾਰਾ ਕੁਝ ਸਹੀ ਗੱਲ ਆ ਮੰਮੀ ਬਹੁਤ ਮਿਹਨਤੀ ਆ ਹਨਾ ਕੀ ਕਰਦੇ ਨੇ ਮੰਮੀ ਸਿਲਾਈ ਕਰਦੇ ਆ ਨਾ ਨਾ ਇਹ ਡਿਊਟੀ ਅੰਗਣਵਾੜੀ ਨਹੀਂ ਉਹ 'ਚ ਲੱਗੀ ਹੋਈ ਸੀ ਅੱਛਾ ਫਿਰ ਤਾਂ ਬਹੁਤ ਵਧੀਆ ਹੈ ਹਨਾ ਉੱਧਰੋਂ ਆਉਂਦੀ ਹੈ ਵਧੀਆ ਤਨਖਾਹ ਆ ਜਾਂਦੀ ਸੀ ਤਾਂ ਕਰਕੇ ਉਹ ਦੁਆ ਮੇਰੀ ਦੁਕਾਨ ਵਧੀਆ ਕਰਾਤੀ ਵਧੀਆ ਚੱਲਦੀ ਆ ਵਧੀਆ ਕਾਰੋਬਾਰ ਚੱਲੀ ਜਾਂਦਾ ਕੁਛ ਪੈਸੇ ਮੈਂ ਲਾਤੇ ਕੁਛ ਮੇਰੀ ਮਾਂ ਨੇ ਲਾਤੇ ਸੀ ਪਰ ਮੇਰਾ ਇੱਕ ਸੁਪਨਾ ਆ ਵੀ ਮੈਂ ਬਾਹਰ ਲੱਗੇ ਜਾਵਾਂ ਲੈ ਹੁਣ ਤਾਂ ਉਹ ਵੀ ਪੂਰਾ ਹੋ ਗਿਆ ਹੁਣ ਤਾਂ ਤੁਸੀਂ ਬਸ ਇਹ ਅਰਦਾਸ ਕਰੋ ਵੀ ਫਟਾਫਟ ਆਪਾਂ ਬਾਹਰ ਕਦੋਂ ਜਹਾਜ਼ 'ਚ ਬੈਠੀਏ ਨਾ ਬਹਿ ਜਾਾਂਗੇ ਤੇਰੇ ਆਸਰੇ ਆ ਚੱਲੀ ਆ ਜਾ ਅੱਛਾ ਆਇਆ ਲੈ
ਮੈਂ ਇੱਥੇ ਗੇੜਾ ਦੇ ਕੀ ਪਹਿਲਾਂ ਤੁਸੀਂ ਕਿੱਧਰ ਭੱਗ ਗਏ ਸੀਗੇ ਪਛਵਾਰੇ ਚ ਭੱਗ ਗਏ ਉਹ ਦਿਖਾ ਕੇ ਲੈ ਕਰ ਸਾਰਾ ਨਾ ਚੱਲ ਚੱਲ ਰਹਿ ਆ ਲੈ ਕਿਉਂ ਬੇਟਾ ਪਸੰਦ ਆਇਆ ਬਹੁਤ ਮਿਹਨਤ ਕੀਤੀ ਹੈ ਪੁੱਤ ਅਸੀਂ ਜੇ ਨਾ ਵੀ ਸੋਹਣਾ ਹੁੰਦਾ ਮੈਨੂੰ ਤਾਂ ਵੀ ਪਸੰਦ ਹੀ ਸੀ ਆਪਾਂ ਕਿਹੜਾ ਇੱਥੇ ਰਹਿਣਾ ਜਾਣਾ ਤਾਂ ਆਪਾਂ ਸਾਰੀ ਫੈਮਿਲੀ ਨੇ ਬਾਹਰ ਹੀ ਆ ਹਾਂ ਪੁੱਤ ਇਹ ਤਾਂ ਗੱਲ ਤੇਰੀ ਠੀਕ ਹੈ ਜੀ ਕਿਵੇਂ ਲੱਗਿਆ ਤੁਹਾਨੂੰ ਸਵਾਰ ਵਧੀਆ ਪੁੱਤ ਆਪਣੇ ਪਰਿਵਾਰ ਚ ਰਲਦੀ ਮਿਲਦੀ ਹੈਗੀ ਠੀਕ ਹੈ ਠੀਕ ਹੈ ਦੱਸ ਦੇ ਹੁਣ ਤੇ ਲੈ ਅੱਛਾ ਜੇ ਮੈਂ ਮਨਾ ਕਰਤਾ ਫਿਰ ਤੂੰ ਇਹਨੂੰ ਮੋੜ ਆਏਗਾ ਇੱਥੇ ਮਾਂ ਜੇ ਤੂੰ ਨਾ ਕਹੇ ਤੇ ਨਾ ਜਹਾਂ ਮੇਰੇ ਤਾਂ ਫਿੱਟ ਆ ਸਾਰੀ ਗੱਲ ਤੇਰੇ ਨਾਲ ਸੀ ਤਿਆਰੀ ਬੇਬੇ ਕੱਲ ਤੋਂ ਦਾਖਲਾ ਕਰਾ ਦਾਂਗੇ ਕੱਲ ਨੂੰ ਪਰਸਾਂ ਕਰਾ ਦਾਂਗੇ ਐਡਮਿਸ਼ਨ ਕਰਾ ਦਾਂਗੇ ਉਦੋਂ ਬਾਅਦ ਮਹੀਨਾ ਦੋ ਮਹੀਨੇ ਪੜੂਗੀ ਉਦੋਂ ਪੇਪਰ ਦੇ ਕੇ ਉਦੋਂ ਬਾਅਦ ਫਾਈਲ ਲਾ ਦਾਂਗੇ ਬਸ ਠੀਕ ਹੈ ਨੀਕ ਕੰਮ ਚ ਦੇਰੀ ਕਰ ਦੀ ਹਾਂਜੀ ਮੰਮੀ ਠੀਕ ਹੈ ਚਲ ਐ ਕਰੀ ਕਦੇ ਤੇਰੀ ਮੰਮੀ ਨੂੰ ਵੀ ਲੈ ਆਈ ਇੱਧਰ ਹਾਂ ਮੰਮੀ ਪੱਕਾ ਲੈ ਕੇ ਆਉਂਗੀ ਠੀਕ ਹੈ ਨਾਲੇ ਉਹ ਦੇਖ ਜਾਣਗੇ ਨਾਲੇ ਉਹਨਾਂ ਦਾ ਮਨ ਖੜ ਜੂਗਾ ਕੋਈ ਨਾ ਮੈਂ ਜੀ ਫੋਨ ਤੇ ਤਾਂ ਗੱਲ ਕਰਵਾ ਹੀ ਦਊਂਗੀ ਤੁਹਾਡੇ ਨਾਲ ਹੈਨਾ ਠੀਕ ਹੈ ਨਾ ਬਸ ਠੀਕ ਹੈ ਪੀ ਲੈ ਪੁੱਤ ਤੂੰ ਵੀ ਚਲ ਪੁੱਤ ਮੈਂ ਤਾਂ ਆਪਦਾ ਕੰਮ ਕਾਰ ਕਰਦੀ ਹਾਂ ਹੁਣ ਠੀਕ ਹੈ ਹਾਂ ਮਾਂ ਕਰ ਲਾ ਮੈਂ ਵੀ ਜਾਣਾ ਤਾਂ ਨਹੀਂ ਇੱਥੇ ਹੀ ਕਿਹਨਾਂ ਦਾ ਨਾ ਨਾ ਜਾਣਾ ਜਾਣਾ ਹੋਰ ਹਾਂਜੀ ਮੰਮੀ ਖਰੇ ਤਾਂ ਜਾਣੇ ਪਊਗਾ ਹਾਂ ਹਾਂ ਚਲੋ ਠੀਕ ਹੈ ਤੁਸੀਂ ਕਰੋ ਗੱਲਾਂ ਬਾਤਾਂ ਮੈਂ ਤਾਂ ਆਪਦਾ ਕੰਮ ਨੂੰ ਵੇਖ ਲਾ ਠੀਕ ਹੈ ਦੇ ਲਾ ਮਾਂ ਮੇਰੀ ਕਿੰਨੀ ਚੰਗੀ ਹੈ ਲੈ ਪਹਿਲਾਂ ਹੀ ਹੋ ਗਈ ਵੀ ਕਦੋਂ ਜਾਣਾ ਹਾਂ ਮੰਮੀ ਦੇ ਤਾਂ ਰਾਦੇ ਪੱਕੇ ਹੋ ਗਏ ਵੀ ਰੀਤ ਇੱਥੇ ਹੀ ਰਹਿ ਜੇ ਹੈਨਾ ਹਾਂ ਚਲ ਮੈਂ ਮੰਮੀ ਨਾਲ ਨਾ ਗੱਲ ਕਰਵਾਉਂਗੀ ਫੋਨ ਤੇ ਤੁਸੀਂ ਕਰਾ ਦਿਓ ਮੰਮੀ ਨਾਲ ਗੱਲ ਹਾਂ ਜ਼ਰੂਰ ਦੋਨੇ ਜਣੇ ਗੱਲ ਕਰ ਲੈਣਗੇ ਮਾਂ ਆਪਤ ਆਇਆ ਹੀ ਜਾਣਾ ਉਹ ਤਾਂ ਘੰਟਾ ਹੋਰ ਕਰ ਜਾਂਦੇ ਮੈਂ ਰੋਟੀ ਰੋਟੀ ਖਣਾ ਆਪਦੇ ਹੱਥ ਦੀ ਬਣਾ ਕੇ ਦੇਣ ਦੀ ਮੰਮੀ ਨਹੀਂ ਰੋਟੀ ਦੀ ਲੋੜ ਨਹੀਂ ਬਸ ਤੁਹਾਡਾ ਪਿਆਰ ਮਿਲੇ ਜਾਂਦਾ ਨਾ ਨਹੀਂ ਬਹੁਤਾ ਚਲੋ ਹੁਣ ਮੈਂ ਚੱਲਦੀ ਆ ਠੀਕ ਆ ਤੈਨੂੰ ਐ ਤਾਂ ਜੀ ਨਹੀਂ ਕਰਦਾ ਵੀ ਤੂੰ ਜਾ ਚੱਲ ਠੀਕ ਆ ਤੇਰੀ ਮੰਮੀ ਵੀ ਝਾਕਦੀ ਹੋ ਤੇਰੇ ਬੰਨੀ ਮੰਮੀ ਮੇਰਾ ਵੀ ਨਹੀਂ ਦਿਲ ਕਰਦਾ ਮੈਨੂੰ ਤਾਂ ਐ ਲੱਗਦਾ ਵੀ ਮੈਂ ਆਪਣੇ ਘਰੇ ਹੀ ਆ ਜਮੇ ਜਾਣ ਨੂੰ ਦਿਲ ਨਹੀਂ ਕਰਦਾ ਸੱਚੀ ਚੱਲ ਪੁੱਤ ਐਂ ਰਹੂਗਾ ਆਪਣਾ ਮੋਹ ਪਿਆਰ ਚਲੋ ਚੰਗਾ ਮੰਮੀ ਠੀਕ ਆ ਬੇਬੀ ਆ ਗਈ ਪੁੱਤ ਹਾਂ ਬੇਬੀ ਆ ਗਈ ਕੀ ਕਰਦੀ ਸੀ ਉਸ ਨਹੀਂ ਬਸ ਭਾਂਡੇ ਦੇ ਧੋ ਕੇ ਆਈ ਸੀ ਬੈ ਜਾ ਧੋ ਲੈ ਹਾਂ ਹਾਂ ਧੋਤੇ ਅੱਛਾ ਉਹ ਪਾਣੀ ਲਾਵਾ ਸੱਚ ਮੈਂ ਨਹੀਂ 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 ਬੇਬੀ ਪਾਣੀ ਨਹੀਂ ਪੀਣਾ ਹੈਗਾ ਪੀ ਕੇ ਆਈ ਆ ਪੁੱਤ ਅੱਜ ਬਾਲੀ ਲੇਟ ਜੀ ਹੋ ਗਈ ਬੇਬੀ ਤੈਨੂੰ ਦੱਸਿਆ ਤਾਂ ਸੀਗਾ ਵੀ ਅੱਜ ਮੈਂ ਚੰਨੀ ਦੇ ਘਰ ਜਾ ਕੇ ਆਣਾ ਜਾਈ ਹਾਂ ਬੇਬੀ ਜਾਈ ਅੱਛਾ ਕਿਵੇਂ ਲੱਗਿਆ ਘਰ ਬਾਰ ਬਹੁਤ ਵਧੀਆ ਘਰ ਬਾਰ ਆ ਤੇ ਪਰਿਵਾਰ ਵੀ ਬਾਲਾ ਸਿਆਣਾ ਹੈ ਅੱਛਾ ਹਾਂ ਮੁੰਡੇ ਦੀ ਮਾਂ ਤਾਂ ਬਹੁਤ ਜ਼ਿਆਦਾ ਚੰਗੀ ਆ ਕਿੰਨਾ ਪਰਿਵਾਰ ਆ ਉਹਨਾਂ ਦਾ ਬਸ ਮਾਂ ਪੁੱਤੀ ਨੇ ਦੋਨੇ ਅੱਛਾ ਹਾਂ ਫਿਰ ਤਾਂ ਆਪਣੇ ਵਾਂਗੂ ਹੈ ਛੋਟਾ ਜਿਹਾ ਪਰਿਵਾਰ ਆਪਣੇ ਵਾਂਗੂ ਛੋਟਾ ਜਿਹਾ ਪਰਿਵਾਰ ਆ ਤੇ 3 ਕਿੱਲੇ ਜ਼ਮੀਨ ਦੇ ਹੈਗੇ ਆ ਦੁਕਾਨ ਆ ਮੁੰਡੇ ਕੋਲੇ ਅੱਛਾ ਮੰਮੀ ਦੀ ਆਂਗਨਵਾੜੀ ਚ ਲੱਗੀ ਹੋਈ ਆ ਵਧੀਆ ਫਿਰ ਤਾਂ ਹਾਂ ਸਾਰਾ ਕੁਝ ਵਧੀਆ ਬਸ ਹਾਂ ਤੇ ਫਿਰ ਆਈਲੈਟਸ ਕਹਿੰਦੇ ਕਰਾਵਾਂਗੇ ਕਹਿੰਦੇ ਸੀ ਆਪੇ ਕਰਾ ਦਾਂਗੇ ਆਪੇ ਬਾਹਰ ਭੇਜਾਂਗੇ ਅੱਛਾ ਆ ਜ਼ਿੰਮੇਵਾਰੀ ਲੈਂਦੇ ਆ ਪੂਰੀ ਜ਼ਿੰਮੇਵਾਰੀ ਤਾਂ ਬੇਬੀ ਲੈਂਦੇ ਨੇ ਫਿਰ ਤਾਂ ਵਧੀਆ ਹੈ ਕੋਈ ਚੱਕਰ ਨਹੀਂ ਹੈਗਾ ਹਾਂ ਜ਼ਮੀਨ ਹੈਗੀ ਜੇ ਮਾੜੇ ਮੋਟੇ ਪੈਸੇ ਥੋੜ ਵੀ ਗਏ ਜ਼ਮੀਨ ਵੇਚ ਦੇਣਗੇ ਵਿੱਚੋਂ ਕਿੱਲਾ ਅੱਧਾ ਕਿੱਲਾ ਹਾਂ ਚਲ ਵਧੀਆ ਪੁੱਤ ਹੈਨਾ ਜੇ ਤੂੰ ਬਾਗੀ ਫਿਰ ਮੰਗ ਰਹੀ ਹੋਈ ਕਿ ਵਿਆਹ ਕਰਾ ਕੇ ਵਗ ਜਾਓਗੇ ਇਧਰੋਂ ਵਿਆਹ ਕਰਾ ਕੇ ਵਗ ਜਾਾਂਗੇ ਬੇਬੇ ਬਾਕੀ ਦੇਖਾਂਗੇ ਜਿਹੜੇ ਸਾਹਿਬ ਨਾਲ ਫੈਲ ਲੱਗੂਗੀ ਜੇ ਪਹਿਲਾਂ ਮੈਨੂੰ ਜਾਣਾ ਪੈ ਗਿਆ ਫਿਰ ਉਹ ਆ ਜਾਣਗੇ ਹਾਂ ਇਹ ਹੁੰਦਾ ਇਹ ਕੁੜੀ ਪਹਿਲਾਂ ਵੀ ਤੋੜ ਦਿੰਦੇ ਨੇ ਬਾਅਦ ਚ ਕੁੜੀ ਲੈ ਜਾਂਦੀ ਆ ਫਿਰ ਐਂ ਕਰ ਲੈਣ ਬੇਬੇ ਹਾਂ ਜਿਵੇਂ ਵੀ ਬਣਿਆ ਵਸ ਜਿਵੇਂ ਵੀ ਬਣਿਆ ਕਰ ਲਿਓ ਵਧੀਆ ਹੈ ਜੇ ਇਹ ਕੰਮ ਬਣ ਜੇ ਤੇਰੇ ਬਾਹਰ ਦਾ ਬੇਬੇ ਤਾਂ ਬਾਹਲੇ ਵਧੀਆ ਨਾ ਤਾਂ ਮੈਂ ਤੈਨੂੰ ਛੱਡ ਕੇ ਜਾਂਦੀ ਨਹੀਂ ਉਹ ਮਾਂ ਪੁੱਤਾਂ ਨੂੰ ਛੱਡ ਕੇ ਜਾਂਦੀ ਮੈਂ ਤੈਨੂੰ ਤਿੰਨਾਂ ਨੂੰ ਹੀ ਉੱਥੇ ਲੈ ਕੇ ਜਾਊਂਗੀ ਅੱਛਾ ਹਾਂ ਚਲ ਵਧੀਆ ਫਿਰ ਤਾਂ ਵਾਹੀ ਵਧੀਆ ਰੰਗ ਲੱਗ ਜੇ ਆ ਪੂਰੀਆਂ ਕਰਦੇ ਆਪਣੀ ਆਸਾਂ ਸਹੀ ਗੱਲ ਹੈ ਮਾਂ ਹੁਣ ਤਾਂ ਬਸ ਆਸਾਂ ਪੂਰੀਆਂ ਹੋਣ ਤੇ ਹੀ ਨਹੀਂ ਹਾਂ ਸ਼ੁਕਰ ਹੈ ਪਰਮਾਤਮਾ ਦਾ ਮੈਂ ਤਾਂ ਇਹ ਦਿਨ ਨੂੰ ਡੀਕ ਰਹੀ ਹਾਂ ਛੇਤੀ ਬਸ ਆਈਲੈਟਸ ਦੀ ਕਰ ਲਈ ਉਹ ਤੋਂ ਬਾਅਦ ਫਾਈਲ ਲਵਾ ਦੇਣਗੇ ਉਹ ਹਾਂ ਚੰਗੇ ਬਹੁਤ ਆ ਮੰਮੀ ਤੂੰ ਐਂ ਕਰੀਆਂ ਚ ਨਾ ਫੋਨ ਤੇ ਗੱਲ ਕਰ ਲਈ ਹਾਂ ਕਰ ਲਈ ਟਾਈਮ ਨੂੰ ਕਰਾਉਂਗੀ ਸ਼ਾਮ ਜੇ ਨੂੰ ਕਰ ਲਈ ਜਾਂ ਸ਼ਾਮ ਨੂੰ ਕਰਾ ਦੀਆਂ ਹਾਂ ਲਾ ਦੀ ਤੂੰ ਨੰਬਰ ਗੱਲ ਕਰ ਲਈ ਮੈਂ ਹਾਂ ਬੇਬੇ ਕਰ ਲਈ ਚਲ ਠੀਕ ਹੈ ਹੁਣ ਕੀ ਬਣਾਵਾਂ ਤੇਰੇ ਵਾਸਤੇ ਜੋ ਮਰਜ਼ੀ ਬਣਾ ਲੈ ਚਾਹ ਬਣਾ ਲੈ ਕਿ ਰੋਟੀ ਪਾਣੀ ਬਣਾ ਲੈ ਪਹਿਲਾਂ ਹੀ ਰੋਟੀ ਦੀ ਤਾਂ ਭੁੱਖ ਨਹੀਂ ਹੈਗੀ ਚਾਹ ਬਣਾ ਲੈ ਕਾਫੀ ਪੀ ਕੇ ਆਈ ਹਾਂ ਮੈਂ ਇੱਥੇ ਸੱਚੀ ਹਾਂ ਚੰਗੇ ਬਾਰੇ ਦੇ ਬੇਬੇ ਚਲ ਬਹੁਤ ਚੰਗੇ ਆ ਬੇਬੇ ਪੁੱਛ ਨਾ ਮੰਮੀ ਤਾਂ ਦੀ ਬਾਲੀ ਜ਼ਿਆਦਾ ਚੰਗੀ ਆ
ਚਲ ਵਧੀਆ ਅਸਲ ਤਾਂ ਨੂੰ ਸੱਸਣੀ ਘਰੇ ਰਹਿਣਾ ਹੁੰਦਾ ਹਨਾ ਰੋਟੀ ਖਾ ਲਈ ਬੇਬੇ ਹਾਂ ਖਾ ਲਈ ਮੈਂ ਰੋਟੀ ਤੂੰ ਦੱਸ ਮੈਗੀ ਪਈ ਹੈ ਜੀ ਉਹ ਬਣਾ ਲਾ ਹਾਂ ਉਹ ਬਣਾ ਲੈਣੀ ਚਲ ਚੰਗਾ ਚਲ ਠੀਕ ਹੈ ਚੰਗਾ ਚੰਨੀ ਆ ਜਾਓ ਬਾਈ ਲੰਘਿਓ ਸਤਿ ਸ੍ਰੀ ਅਕਾਲ ਬਾਈ ਸਤਿ ਸ੍ਰੀ ਅਕਾਲ ਭਾਈ ਸਤਿ ਸ੍ਰੀ ਅਕਾਲ ਹੋ ਠੀਕ ਹੈ ਹਾਂ ਬਾਈ ਤੁਸੀਂ ਦੱਸੋ ਠੀਕ ਠਾਕ ਆ ਹਾਂ ਵਧੀਆ ਵਧੀਆ ਬਹਿ ਜਾਓ ਨਾ ਗੱਲ ਦੱਸੋ ਤੁਸੀਂ ਕੋਈ ਗੱਲ ਨਹੀਂ ਹੋਰ ਠੀਕ ਹੈ ਘਰੇ ਹਾਂ ਘਰੇ ਤਾਂ ਠੀਕ ਹੈ ਸਾਰੇ ਵਧੀਆ ਹਾਂਜੀ ਬਾਈ ਮੈਂ ਤਾਂ ਹੀ ਆਇਆ ਸੀਗਾ ਮੈਂ ਚਾਹ ਮੇਰੇ ਨਾਲ ਨੀਗਾ ਜੇ ਘਰੇ ਰਿਸ਼ਤਾ ਸੀਗਾ ਅੱਛਾ ਮੈਂ ਚੱਲ ਮੈਂ ਹੋ ਗਿਆ ਆਪਣੀ ਚੰਨੀ ਨੂੰ ਕਰਾ ਦਿੰਦਾ ਠੀਕ ਹੈ ਬਾਈ ਮੈਂ ਤਾਂ ਹੀ ਆਇਆ ਸੀਗਾ ਠੀਕ ਹੈ ਕੋਈ ਗੱਲ ਨਹੀਂ ਆਪਾਂ ਚੰਨੀ ਨੂੰ ਦੱਸ ਦਾਂਗੇ ਚੰਨੀ ਨਾਲ ਰਾਏ ਕਰ ਲੂ ਮੈਂ ਅੱਛਾ ਹਾਂ ਕੀ ਕਰਦੀ ਹੈ ਕੁੜੀ ਕੁੜੀ ਤਾਂ ਪੜ੍ਹੀ ਲਿਖੀ ਹੈ ਵਧੀਆ ਅੱਛਾ ਉਹ ਐਂ ਚੰਗਾ ਸੀਗਾ ਮੈਂ ਚੱਲ ਵੀ ਆਪਾਂ ਚੱਲ ਨਾ ਘਰ ਦਾ ਘਰੇ ਆ ਠੀਕ ਹੈ ਠੀਕ ਹੈ ਤੇ ਵਧੀਆ ਚੱਲ ਨਾਲੇ ਪਕੜਾ ਦਿੰਦੇ ਆ ਕਿਹੜੀ ਜਗ੍ਹਾ ਤੋਂ ਆ ਸੇ ਕੋਲੇ ਆਪਣੇ ਕਿਸ਼ਨਪੁਰੇ ਅੱਛਾ ਕਿਸ਼ਨਪੁਰੇ ਚੱਲ ਮੈਂ ਉਹਨੂੰ ਜਦੋਂ ਆ ਗਿਆ ਨਾ ਘਰੇ ਤਾਂ ਹੈ ਨਹੀਂ ਹੁਣ ਦੁਕਾਨ ਤੇ ਗਿਆ ਹੋਇਆਗਾ ਅੱਛਾ ਤੇ ਦੱਸ ਦੂੰ ਤੁਹਾਡੀ ਗੱਲਬਾਤ ਸਾਰੀ ਚਲ ਫਿਰ ਐਂ ਕਰ ਲਓ ਹਾਂ ਚਲ ਫਿਰ ਮੈਂ ਬਾਅਦ ਚ ਪਤਾ ਲੈ ਜਾਊਂਗਾ ਹਾਂ ਹੋਰ ਆਪਣੇ ਘਰੇ ਠੀਕ ਠਾਕ ਆ ਸਾਰੇ ਵਧੀਆ ਠੀਕ ਹੈ ਵਧੀਆ ਵਧੀਆ ਚਲੋ ਚੰਗਾ ਬੈਠੋ ਤੁਸੀਂ ਮੈਂ ਚਾਹ ਦਾ ਕੱਪ ਬਣਾ ਦਾਂ ਚਾਹ ਨਹੀਂ ਬਸ ਕੋਈ ਨਹੀਂ 2 ਮਿੰਟ ਲੱਗਣਗੇ ਕੋਈ ਗੱਲ ਨਾ ਬਸ ਠੀਕ ਚਲੋ ਫਿਰ ਤੁਸੀਂ ਮੈਨੂੰ ਦੱਸ ਦੇ ਮਾੜਾ ਜਿਹਾ ਹਾਂ ਹਾਂ ਕੋਈ ਗੱਲ ਨਹੀਂ ਉਹੀ ਕਹਾਂ ਗੱਲ ਕਰ ਲਾਂਗੇ ਕੋਈ ਠੀਕ ਹੈ ਠੀਕ ਹੈ ਬਈ ਓ ਮਾਂ ਹਾਂ ਪੁੱਤ ਬੋਲ ਲਿਆ ਮਾਂ ਰੋਟੀ ਲੈ ਰੋਟੀ ਤਾਂ ਲਿਆ ਆਉਣੀ ਆ ਮੂੰਹ ਹੱਥ ਧੋ ਲਾ ਫਿਰ ਮੈਂ ਗਰਮ ਗਰਮ ਲਾ ਦੂੰ ਤੂੰ ਟਾਈਮ ਲਾ ਆਨਾ ਕਾ ਫਿਰ ਮੜੇ ਮੜੇ ਦੇ ਹਾਂ ਮੂੰਹ ਨਹਾਉਣਾ ਹੀ ਹੈ ਨਹਾਉਣਾ ਚੱਲ ਠੀਕ ਹੈ ਮੇਰੀ ਗੱਲ ਸੁਣ ਵੇ ਤੇਰਾ ਤਾਇਆ ਆਇਆ ਸੀਗਾ ਤਾਇਆ ਆਇਆ ਸੀ ਹਾਂ ਤੇ ਕੀ ਕਹਿੰਦਾ ਜੀ ਉਹ ਤਾਂ ਕਹਿੰਦਾ ਵੀ ਰਿਸ਼ਤਾ ਲੈ ਲਓ ਚੰਨੀ ਵਾਸਤੇ ਕੁੜੀ ਵਧੀਆ ਪੜ੍ਹੀ ਲਿਖੀ ਆ ਕਿਸ਼ਨਪੁਰੇ ਦੀ ਕੁੜੀ ਹੈਗੀ ਇੱਥੇ ਨੇੜੇ ਆਪਣੇ ਪਿੰਡ ਦੇ ਤੈਨੂੰ ਪਤਾ ਲੱਗਾ ਆਪਾਂ ਉੱਥੇ ਚੱਲੀ ਫਿਰ ਪੁੱਤ ਮੈਂ ਉਹਨੂੰ ਲਾਰਾ ਲਾਤਾ ਮੈਂ ਤਾਂ ਉਹਨੂੰ ਐਂ ਕਹਿਤਾ ਮੈਂ ਕੋਈ ਗੱਲ ਨਹੀਂ ਚੰਨੀ ਨਾਲ ਰਾਏ ਕਰਕੇ ਦੱਸੂਗੀ ਜਾਂ ਚੰਨੀ ਦੱਸ ਦੂ ਤੈਨੂੰ ਗੱਲ ਸੁਣ ਲਵਾਂ ਉਹਨਾਂ ਨੂੰ ਪਤਾ ਨਾ ਲੱਗੇ ਜੇ ਉਹਨਾਂ ਨੂੰ ਪਤਾ ਲੱਗ ਗਿਆ ਨਾ ਸਾਰੇ ਪਿੰਡ 'ਚ ਗੱਲ ਉੱਡ ਜਾਣੀ ਹੈ ਕਿਹੜਾ ਮਾੜਾ ਬਣਿਆ ਬੁਣਿਆ ਕੰਮ ਆ ਸਾਰਾ ਖਰਾਬ ਹੋਏ ਨਾ ਇਹ ਤਾਂ ਉਂਗਲਾਂ ਉਹਨਾਂ ਨੂੰ ਲਾ ਦੇਣਗੇ ਕੋਈ ਆਪਾਂ ਨੂੰ ਲਾਉਣਗੇ ਤੇ ਰਿਸ਼ਤਾ ਪੂਰ ਨਹੀਂ ਚੜਨਾ ਹਾਂ ਫਿਰ ਆਪਾਂ ਉਹਨਾਂ ਨੂੰ ਮਿੱਠਾ ਜਵਾਬ ਜੇ ਰੱਖੀਏ ਹਾਂ ਬਸ ਹੁਣ ਦੱਸੀ ਨਾ ਕੋਈ ਨਾ ਕਰ ਲਾਂ ਵੀ ਅੱਜ ਕਹਿੰਦਾ ਸੀ ਨਹੀਂ ਕੋਈ ਨਾ ਦੇਖਦੇ ਇੱਕ ਦੋ ਦਿਨਾਂ ਚੱਲਾਂਗੇ ਅਸੀਂ ਲਾਰੇ ਲਾਈ ਚੱਲੀ ਚੱਲ ਇਹ ਵੀ ਗੱਲ ਤੇਰੀ ਠੀਕ ਹੈਗੀ ਹਾਂ ਉਹ ਪਹਿਲੇ ਹੀ ਮੱਚਦੇ ਰਹਿੰਦੇ ਆ ਵੀ ਇੰਨਾ ਘਰ ਬਾਰ ਪਾਲਿਆ ਹੁਣ ਤਾਂ ਆਪਾਂ ਨੂੰ ਛੱਡ ਕੇ ਆਪ ਖੇਤ ਬਾਕੀ ਲਾ ਉੱਥੇ ਹਾਂ ਪੁੱਤ ਇਹਨਾਂ ਨੇ ਆਪਾਂ ਨੂੰ ਕਦੋਂ ਸੁੱਖ ਦਿੱਤਾ ਗਾ ਆਪਣੇ ਤਾਂ ਜਲਦੇ ਹੀ ਰਹਿੰਦੇ ਨੇ ਨਾਲੇ ਵਿੱਚੋਂ ਵਿੱਚੋਂ ਉੱਤੋਂ ਮਿੱਠੇ ਆ ਵਿੱਚੋਂ ਜਲਦੇ ਨੇ ਹਾਂ ਤਾਂ ਕਰਕੇ ਆਪਾਂ ਇੱਥੇ ਰਹਿ ਕੇ ਆਪਾਂ ਵਧੀ ਘਰ ਆਪਾਂ ਚੱਲਾਂ ਆਪਾਂ ਕਿਹੜਾ ਚ ਰਹਿਣਾ ਆਪਾਂ ਬਾਹਰ ਨੂੰ ਦੇ ਜਾਣਾ ਹਾਂ ਠੀਕ ਹੈ ਤੇ ਨਾਲੇ ਆ ਦੇਲਾ ਕਿਹੜਾ ਨਾਲ ਵਾਲਾ ਘਰ ਆਪਾਂ ਨੂੰ ਦਿੱਤਾ ਨਹੀਂ ਤੇ ਉਹਨੂੰ 1 ਲੱਖ ਰੁਪਏ ਘਾਟਾ ਦੇ ਨਾਲ ਦੇ ਗਿਆ ਮੈਂ ਆਪਾਂ 7 ਲੱਖ ਦੇ ਜਾਂਦੇ ਸੀ ਉਹ ਤਾਂ ਫਿਰ ਹੁਣ ਜਾਣ ਕੇ ਅਗਲਾ ਕਹਿੰਦਾ ਕਿਉਂ ਨਹੀਂ ਦੇਣਾ 6.5 ਨੂੰ ਦੇ ਕੇ ਗਏ ਘਾਟਾ ਪਾ ਕੇ ਦੇਣਾ ਚੰਗਾ ਰਹਿ ਗਿਆ ਆਪਾਂ ਨੂੰ ਦੇਣਾ ਔਖਾ ਹੋ ਗਿਆ ਹਾਂ ਦੇਖ ਲਾ ਤੂੰ ਫਿਰ ਮੈਂ ਸ਼ਰੀਕਾਂ ਨਹੀਂ ਕਰਕੇ ਗਏ ਉਹ ਫਿਰ ਮੈਂ ਵੀ ਇਹਨੂੰ ਮਿੱਠਾ ਹੀ ਲਾਰਾ ਲਾਇਆ ਮੈਂ ਕਿਹੜਾ ਉਹਨੂੰ ਦੱਸਿਆ ਉਹ ਤਾਂ ਐਂ ਕਹਿਤਾ ਮੈਂ ਕੋਈ ਨਾ ਫਿਰ ਆਪਾਂ ਐਂ ਕਹਿ ਦਾਂਗੇ ਵੀ ਚੰਨੀ ਕਹਿੰਦਾ ਹਜੇ ਸਾਲ ਮੈਂ ਕਰਾਉਂਦਾ ਨਹੀਂ ਇਹਨਾਂ ਕਹਿਦਾ ਜੇ ਫੇਰ ਕਿਤੇ ਮੈਨੂੰ ਕਹਿਣ ਲੱਗੇ ਨਾ ਨਾ ਗੱਲ ਕੀਤੀ ਸੀ ਇੱਕ ਬਸ ਉਹ ਕਹਿੰਦਾ ਜੀ ਕੋਈ ਗੱਲ ਨਹੀਂ ਦੇਖ ਆਵਾਂਗੇ ਫਿਰ ਵੇਲ ਮਿਲਣਾ ਦੁਕਾਨ ਤੇ ਕੋਈ ਟਾਈਮ ਵਾਲਾ ਕੰਮ ਵਾਲਾ ਚੱਲੀ ਜਾਂਦਾ ਹੁਣ ਬਸ ਸੀਜ਼ਨ ਮਾੜੇ ਆਫ ਹੋ ਜਾਂਦੇ ਐਂ ਲਾਰਾ ਲਾ ਦੀ ਬਸ ਵੀ 10-15 ਦਿਨਾਂ ਤੱਕ ਚੱਲੇ ਆਵਾਂਗੇ ਜਾਂ 5-4 ਦਿਨਾਂ ਤੱਕ 5-4 ਦਿਨਾਂ ਤੱਕ ਫੇਰ ਕਹਿੰਦੀ ਐਂ ਲਾਰਾ ਲਾ ਦਾਂ ਆਹੋ ਪੁੱਤ ਦਿੱਤਾ ਇਹ ਸਵਾਲ ਪਤਾ ਲੱਗ ਗਿਆ ਤਾਂ ਜਾ ਆਪਾਂ ਉਹਦੀ ਦੱਸਣਾ ਕਿ ਝਾੜ ਦੀ ਚੜ ਗਈ ਆਪਾਂ ਇੱਕ ਦੋ ਚਾਰ ਵਾਰੀ ਦਾ ਲਾਰਾ ਲਾ ਦਾਂਗੇ ਫੇਰ ਉਹ ਫੇਰ ਫੇਰ ਦੇਖੀ ਜਾਊਗੀ ਇਹ ਨਹੀਂ ਕੋਈ ਟੈਨਸ਼ਨ ਲੈਣੀ ਹੈ ਤੂੰ ਉਦੋਂ ਬਾਅਦ ਚ ਗੱਲਾਂ 100 ਗੱਲਾਂ ਨਿਕਲਾਂ ਹੁੰਦੀਆਂ ਹਾਂ ਇਹ ਵੀ ਗੱਲ ਉਹਨੇ ਚਿਰ ਬਾਅਦ ਤੇ ਕੋਲ ਤੇ ਖੜੇ ਕੁੜੀ ਵਾਲੇ ਹੋਰ ਕਿਤੇ ਕਰ ਲੈਣੇ ਰਿਸ਼ਤਾ ਮੇਰੀ ਗੱਲ ਸੁਣ ਲੈ ਤੂੰ ਵੀ ਆਹੀ ਮੇਰੀ ਜਿਹੜੀ ਮੇਰਾ ਜਵਾਬ ਉਹ ਜੇ ਤੂੰ ਗੱਲਬਾਤ ਕਰੀ ਕਿਤੇ ਤੂੰ ਬਦਲ ਜੇ ਨਾ ਨਾ ਮੈਂ ਨਹੀਂ ਬਦਲਦਾ ਮੈਂ ਰੋਟੀ ਲਿਆ ਚੱਲ ਮੈਂ ਨਹਾਉਣਾ ਇੰਨੇ ਜਾ ਨਾਲ ਠੀਕ ਹੈ ਰੋਟੀ ਜੀ ਗਰਮ ਕਰਾਂ ਮਾਂ ਕੀ ਕਰੀ ਆ ਪਾਣੀ ਪਈ ਜਾਂਦੀ ਆ ਹਾਂ ਪੁੱਤ ਮਾਂ ਤੈਨੂੰ ਕੰਮ ਗਿਆ ਸੀ ਅੱਛਾ ਕੋਈ ਗੱਲ ਨਹੀਂ ਉਹ ਤਾਂ ਹੋ ਜੂ ਤੇਰਾ ਕੰਮ ਪੈਸਿਆਂ ਬਾਰੇ ਕਿਹਾ ਸੀ ਹਾਂ ਕਢਾ ਲੈਂਦੇ ਹਾਂ ਹਾਂ ਕਢਾਈ ਪੈ ਨੇ ਤਾਂ ਮਾਂ ਹੁਣ ਪੜ੍ਹ ਤੇ ਬਹੁਤ ਲਈ ਹੁਣ ਪੇਪਰ ਆ ਗਏ ਨਾ ਉਹ ਕਹਿੰਦਾ ਕਲਾਸਾਂ ਤੇ ਮੇਰੇ ਪੂਰੇ ਹੋਣ ਪੇਪਰ ਦੇਣਾ ਪੇਪਰ ਦੀ ਫੀਸ ਭਰਨੀ ਚਲੋ ਤਾਂ ਠੀਕ ਆ ਪੁੱਤ ਅੱਜ ਜਦੋਂ ਮੈਂ ਤੈਨੂੰ ਦੇਖਦੀ ਨਾ ਫੋਨ ਜਾਂ ਬਾਲਾ ਘੱਟ ਹੀ ਕਰਿਆ ਕਰ ਤੇ ਉਹਦਾ ਦਿਮਾਗ ਨਾ
ਪੜਾਈ ਚ ਰਹਿਣ ਦੇ ਉਹ ਨਹੀਂ ਨਹੀਂ ਮਾਂ ਫੋਨ ਤੇ ਹੁਣ ਲਾਈ ਤੇ ਫੋਨ ਤੇ ਤੈਨੂੰ ਪਤਾ ਬੜਾ ਲਾਉਂਦੇ ਆਪ ਹੀ ਬੜਾ ਲਾਉਂਦੇ ਮੈਂ ਤਾਂ ਲਾਉਂਦਾ ਹੀ ਘੱਟ ਗੱਲਾਂ ਨਾ ਘੱਟ ਕਰਿਆ ਕਰੋ ਮਾਂ ਚੱਲ ਕੋਈ ਤੈਨੂੰ ਨਹੀਂ ਪਤਾ ਹੋਇਆ ਹੁੰਦਾ ਕਦੇ ਹੋਇਆ 10 ਮਿੰਟ ਗੱਲ ਕਰ ਲਈ ਫੋਨ ਤੇ ਉਹਨੂੰ ਪੜ ਲੈਂਦੇ ਨਹੀਂ ਫਿਰ ਤੇਰੇ 'ਚ ਹੀ ਦਿਮਾਗ ਰੱਖੂਗੀ ਉਹ ਜ਼ਿਆਦਾ ਤੇ ਫਿਰ ਪੇਪਰ ਕਿਵੇਂ ਕੱਢੂ ਤੂੰ ਆਪ ਹੀ ਸਮਝਦਾਰ ਹੈ ਮੈਂ ਤੈਨੂੰ ਬਥੇਰਾ ਡੋਕ ਦਿੰਦਾ ਨਾ ਫੜਦੀ ਨਹੀਂ ਨਾਲ ਦੀ ਨਾਲ ਉਹਦੀ ਲਾ ਲੈ ਤੂੰ ਨਹੀਂ ਕੰਮ ਕਰਦਾ ਹਜੇ ਤਾਂ ਤੂੰ ਮਾੜਾ ਮੋਟਾ ਉਹਨਾਂ ਚਿਰ ਤਾਂ ਤੈਨੂੰ ਕੰਮ ਕਰਨੇ ਪੁੱਪਤ ਜਿੰਨਾ ਚਿਰ ਬਾਹਰ ਨਹੀਂ ਜਾਂਦੇ ਆਪਾਂ ਹਾਂ ਮਾਂ ਤੇ ਕੰਮ ਕਰਦੇ ਆ ਮੈਂ ਦੁਕਾਨ ਤੇ ਪਤਾ ਮੈਨੂੰ ਕਿੱਡੇ ਕਿੱਡੇ ਸੁਪਨੇ ਨੇ ਮੇਰੇ ਮੇਰੀ ਗੱਲ ਸੁਣ ਲੈ ਧਿਆਨ ਦੇ ਲੈ ਤੂੰ ਇਹ ਕੰਮਾਂ 'ਚ ਕੋਈ ਗੱਲ ਨਹੀਂ ਮਾਂ ਨਹੀਂ ਲਾਉਂਦਾ ਫੋਨ ਉਹ ਮੈਂ ਕਹਿ ਦੂੰਗਾ ਹਾਂ ਚੱਲ ਪੈਸੇ ਫੜਾ ਦੇ ਨੇ ਪੈਸੇ ਲਿਆ ਲਿਆਉਣੀ ਆ ਕਿੰਨੇ ਆ ਇਹ ਲੈ ਵੀ ਮੁੰਡੇ 30,000 ਆ ਗਿਆ मम्मी नू कहदे बेफिकर हो जे जमा टेंशन लैण दी लोड़ नहीं हैगी बथेरी शहर उहनां दी नौ ठीक है नाले बुढ़ी बुढ़ी नहीं कहीदा हुंदा क्यों एवें अनपढ़ा मंगो लंगे रहना हुंना जो तक अपनी गल ना हो मेनू तो रोटी नहीं चंगी लगती तू कहना फोन ना लाया कर यार तेन मेरे तो यकीन है नहीं गा फिर फोन जिन्ना टाइम मेरे हाथ चे फोन आया ही करूगा चल चंगा ओके कुड़िए केड़े मैसेज लगे पे फोन ते किदे नाल गल करिए नी बेबे किदे नाल गल करनी है मैं चन्नी सीगा तेरे इन्ने अगले ने पैसे लाते हूं तू आईलाइट्स वधिया कट ली बेबे उधर हो भी यही गल करी जांदे ते तू भी थानू मेरे ते यकीन है की आ कि नहीं है गया यकीन तो है गया फिर भी ये पढ़ाई बड़ी हुंदी है पुत्त मैनूं तो पता है होरां जवाकां ने भी करी है मैनूं पता है बेबे टेंशन ना ले मेरे साथ तो भी बद ही बैंड आउणगे एवें नहीं हैगी मैं बथेरा पढ़दी आ सच्ची नूं भी बथेरा हां सच्ची चल वधिया उह तां पर अगले नूं भी तां हुंदा ही है जिन्हें पैसे लाए वो भी गल करदा ही होगा भी कढ ला पढ़ ला है ना ते पूर उतरना इस गल ते जिवें हुण तूं सत्त कह रही है 7:30 आउण दी आउणे चाहीदे मैं तां तैनूं ऐ कह रही हां चंगा बेबे 7:30 ही बैंड आउणगे हां देख ला हुण कुछ होणी चाहीदी है जे होर उपर चाहीदे होर देख ला हुण तां इह इन्नी आयण बहुत है ते नाले तूं आई सी तैनूं बेबे बुला के लिया उहनां नाल मैनूं मिलाउणा नहीं हैगा हां बेबे मिला लिया नहीं है चल आ जा हुणी चलदे आ सच्ची होर चल फिर आई चल पैने आ ओ अपने वर्गी भोला जा परिवार आ मैनूं कोई चीज नहीं हैगी अच्छा कपड़े ठीक है देख लाउन तां हां ठीक है कर थोड़े बहुत पैसे चक लंदी उहनूं शगन दे चन्नी नूं इन्ने क तां पुत्त मेरी जेब 'च ही हुंदे ने बेबे तेरे जेब किथे आ हैगी है तैनूं पता नहीं हैगा हरेक चल चंगा चंगा लुको ला लुको मुकी आपा चोर थोड़ी आ चल चली आ चल चली ਕਿੱਡੇ ਕਿ ਦੂਰ ਹਲੇ ਬੇਬੇ ਆ ਕਿਆ ਕਰ ਤੂੰ ਤਾਂ ਉਹਦੇ ਵਿੱਚ ਥੱਕ ਜਾਨੀ ਆ ਹੋਰ ਕੀ ਉਹ ਨਹੀਂ ਮੈਂ ਤਾਂ ਨਾਲ ਤਾਂ ਨਾ ਦੇ ਬੱਸ ਸਟੈਂਡ ਆ ਬੈਲ ਮਾਰ ਦੇ ਆ ਜੂ ਗੇਟ ਖੁੱਲੀ ਆ ਆ ਜਾ ਉਹ ਮਰੀਦ ਸਤਿ ਸ਼੍ਰੀ ਅਕਾਲ ਮੰਮੀ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਹੋ ਠੀਕ ਠਾਕ ਹਾਂ ਠੀਕ ਆ ਜੂ ਕਰ ਤਬਲਾ ਹੀ ਸੋਹਣਾ ਹੈ ਨਾ ਅੱਛਾ ਤੈਨੂੰ ਪਸੰਦ ਆਇਆ ਹਾਂ ਮੈਨੂੰ ਪਸੰਦ ਆ ਬਤ ਤੇਰੀ ਪਸੰਦ ਬਹੁਤ ਵਧੀਆ ਹੈ ਲੈ ਵਧੀਆ ਕਿਵੇਂ ਨਾ ਹੋਵੇ ਹਾਂ ਲੈ ਰੀਤਾ ਪੀ ਲਓ ਮੈਂ ਕੱਢ ਹਾਂ ਪੀ
ਥੋੜੀਆਂ ਤਾਂ ਜੀ ਇਹ ਤਰੀਫਾਂ ਕਰਦੀ ਨਹੀਂ ਥੱਕਦੀ ਹੈ ਜੀ। ਅੱਛਾ ਜੀ, ਹਾਂ ਅਸੀਂ ਤਾਂ ਆਪ ਦੀ ਤਰੀਫ ਬਹੁਤ ਕਰਦੇ ਆ, ਰੋਜ਼ ਹੀ ਯਾਦ ਕਰਦੇ ਰਹਿੰਦੇ ਆ, ਰੀਤ ਰੀਤ ਹੁੰਦੀ ਆ ਹੁਣ ਤਾਂ ਘਰ ਚ। ਅੱਛਾ ਜੀ, ਆਪਣਾ ਸੰਯੋਗ ਸੀਗਾ ਇਹਨਾਂ ਦਾ ਕੋਈ, ਤਾਂ ਹੀ ਸਿਆਣੂ ਹੋਏ ਨਾ, ਤੇ ਆਪਣਾ ਸਾਰੇ ਪਰਿਵਾਰ ਦਾ ਮਿਲਣ ਹੋਇਆ, ਬਹੁਤ ਹੀ ਵਧੀਆ ਕਰਿਆ ਪ੍ਰਮਾਤਮਾ ਨੇ। ਕੋਈ ਵੀ ਲਾਂਬਾ ਨੀ ਆਉਂਦਾ, ਚੱਲ ਹਾਂਜੀ ਤਾਂ ਮੈਨੂੰ ਤੇਰੇ ਤੇ ਮਾਣ ਹੈਗਾ। ਤੇ ਹੋਰ ਹੁਣ ਘਰੇ ਕੀ ਕਰਦੀ ਹੁੰਦੀ ਉਸ ਤੋਂ ਬਾਅਦ? ਬਸ ਕੁਛ ਨੀ, ਹੁਣ ਤਾਂ ਤੈਨੂੰ ਪਤਾ ਪੜ੍ਹਾਈ ਦੇ ਜ਼ਿਆਦਾ ਸਟ੍ਰੈਸ। ਚਲ ਇਧਰ ਹੀ ਧਿਆਨ ਰੱਖੂੰ ਤੈਂ, ਕਿਹੜਾ ਅੱਗੇ ਹੁੰਦਾ ਸੀ। ਮੈਂ ਤਾਂ ਇਹਨੂੰ ਐਂ ਕਹਿੰਦੀ ਆ ਜੀ ਵੀ ਆਪਦੀ ਪੜ੍ਹਾਈ ਪੂਰੀ ਕਰ ਲਾ ਭਾਈ, ਪੈਸੇ ਲਾਈ ਜਾਂਦੇ ਨੇ ਤੇ ਉਹਨਾਂ ਦਾ ਉਹ ਹੋਵੇ ਪੂਰਾ ਮੁੱਲ ਪਾ ਦੇ ਤੂੰ, ਫੇਰ ਹੀ ਬਾਹਰ ਜਾਊਗੀ ਜੇ ਵਧੀਆ ਨੰਬਰ ਲਊਗੀ, ਵਧੀਆ ਆਈਲੈਟਸ ਕਰਕੇ ਉਹ ਲੈ ਲੂਗੀ ਆਪਦੇ ਬੈਂਡ। ਇਹ ਕਹਿੰਦੀ ਮੈਂ 7 ਲੈ ਕੇ ਦੂੰ, ਮੈਂ ਸਵਾਦ ਤਾਂ ਫਿਰ ਮੈਂ ਤਾਂ ਐਂ ਕਹਿੰਦੀ 7.5 ਲੈ ਦੇਖ ਲਾ, ਹੋਰ ਫੇਰ ਹੀ ਜਾਣਗੇ ਇਹ ਬਾਹਰ ਨੂੰ। ਹੁਣ ਇਹ ਜ਼ੋਰ ਲਾਊਗੀ, ਪੂਰਾ ਦਿਮਾਗ ਇੱਧਰ ਲਾਊਗੀ, ਫੇਰ ਹੀ ਆਉਣਗੇ। ਮੈਂ ਤਾਂ ਟੋਕੀ ਜਾਂਦੀ ਆ ਮੈਂ, ਹੋਰ ਮੈਂ ਚੱਲ ਮੈਂ ਕਹੂੰਗੀ। ਐ ਤਾਂ ਚੰਨੀ ਨੂੰ ਵੀ ਕਿਹਾ ਸੀ, ਮੈਂ ਠੀਕ ਜਾ ਉਹਨੂੰ ਪੜ ਲੈਣ ਦੇ, ਉਹ ਕਹਿੰਦਾ ਨਹੀਂ ਮਾਂ ਇੰਨਾ ਤਾਂ ਮੈਂ ਕਰੂੰ, ਉਹਨੂੰ ਕਰਦਾ ਉਹ ਆਪ ਹੀ ਕਹਿੰਦਾ ਜੀ ਨਹੀਂ ਲਾਉਂਦੀ ਹੈਗੀ। ਮੈਨੂੰ ਪਤਾ ਜੀ ਸਾਰਾ ਦਿਨ ਲੱਗੇ, ਦੋਨੇ ਇੱਕੋ ਜਿਹਾ ਜੀ ਤਾਂ ਦੋਨੇ ਨਹੀਂ ਲਾਉਂਦੇ ਹੁਣ, ਹੋਰ ਉਹੀ ਤਾਂ ਗੱਲ। ਚੱਲ ਹੋਰ ਦੱਸ ਹੁਣ ਰੀਤ ਕੀ ਖਾਣਾ ਪੀਣਾ, ਫਿਰ ਮੈਂ ਉਹੀ ਮੰਗਾਉਂਦੀ ਆ। ਬਸ ਮੰਮੀ ਕੁਛ ਨੀ ਖਾਣਾ, ਤੁਸੀਂ ਮਿਲ ਗਏ, ਇਹ ਤੋਂ ਉੱਪਰ ਕੀ ਆ? ਚੱਲ ਤੂੰ ਤਾਂ ਆਉਂਦੀ ਜਾਂਦੀ, ਤੇਰੀ ਮੰਮੀ ਤਾਂ ਮਸਾ ਆਈ ਅੱਜ ਪਹਿਲੀ ਵਾਰ ਆਈ ਹੈ ਨਾ ਜੀ, ਚਾਹ ਪਾਣੀ ਰੋਟੀ ਖਾ ਖੂ ਕੇ ਫੇਰ ਆ, ਫੇਰ ਹੀ ਆਈ ਸੀ। ਚੱਲ ਕੋਈ ਨਾ, ਤਾਂ 10 ਮਿੰਟ ਗੱਲਾਂ ਬਾਤਾਂ ਕਰਦੇ ਫਿਰ ਆ ਕੇ ਲਿਆਉਂਗੀ ਤੇਰੇ ਪਸੰਦ ਦੀ ਚੀਜ਼ ਜਿਹੜੀ ਤੂੰ ਕਹੇਂਗੀ। ਕੋਈ ਨਾ ਮੰਮੀ। ਤੇ ਬੇਟਾ ਕਿੱਥੇ ਹੈ ਚੰਨੀ? ਹਾਂਜੀ ਉਹ ਦੁਕਾਨ ਤੇ ਗਿਆ ਹੋਇਆ। ਅੱਛਾ, ਮਿਲਣਾ ਮੰਮੀ ਤੁਸੀਂ? ਮਿਲ ਲੈਂਦੇ, ਫੋਨ ਕਰ ਲੈਣੇ ਆ ਫਿਰ। ਕਰ ਲਾ ਤੂੰ ਫੋਨ, ਕਰ ਲਾ, ਤੇਰੇ ਆਕੇ ਦਾ ਵੱਜਿਆ ਆਊਗਾ। ਹਾਂ ਕਹਿ ਰਹੇ ਕਿ ਮੰਮੀ ਆ ਗਏ ਨਾ, ਗਾਹਕ ਬੈਠੇ ਆ, ਮੈਂ ਨਹੀਂ ਆਉਂਦਾ। ਚਲੋ ਮੈਂ ਲਾ ਨਹੀਂ, ਤੂੰ ਕਰ ਦੇ ਫੋਨ, ਦੇਖ ਲੈ ਜੇ ਕੀ ਹੈ, ਟਾਈਮ ਹੋਇਆ ਤਾਂ ਆ ਜਾ। ਹਾਂ ਹੈਲੋ, ਹੈਲੋ ਕਿਵੇਂ ਚੰਨੀ? ਠੀਕ ਹੈ, ਕਿੱਥੇ ਹੋ? ਕਿੱਥੇ ਹੋ? ਮੈਂ ਦੁਕਾਨ ਤੇ ਹਾਂ। ਅੱਛਾ, ਅਸੀਂ ਘਰੇ ਆਏ ਹੋਏ ਸੀਗੇ, ਬੇਬੇ ਵੀ ਆਈ ਹੋਈ ਆ, ਤੁਹਾਨੂੰ ਮਿਲਣ ਨੂੰ ਕਹਿੰਦੀ ਆ। ਸਾਡੇ ਘਰੇ? ਹੂੰ। ਅੱਛਾ ਲੈ ਗਏ ਲੈ, ਫਿਰ ਕੀ ਹੋਇਆ ਤੁਹਾਡੇ ਘਰ ਨਾਲ? ਪਹਿਲਾਂ ਹੁਣ ਮੇਰਾ ਘਰ ਆ, ਮੈਂ ਦੱਸ ਕੇ ਆਇਆ ਕਰਾਂ? ਚੱਲ ਚੰਗਾ, ਆਉਂਦੇ ਆ ਬੇਬੇ। ਅੱਛਾ ਅੱਛਾ, ਕੀ ਕਹਿੰਦਾ? ਆਉਣਾ ਦੁਕਾਨ ਤੇ ਕਹਿੰਦਾ ਸੀ। ਬਸ ਤੈਨੂੰ ਦੱਸਿਆ ਨਾ, ਦੁਕਾਨ ਤੇ ਆਇਆ ਤਾਂ ਕਿ ਬਥੇਰੀ ਤਸੱਲੀ ਵਾਲਾ, ਕਿਤੇ ਹੋਰ ਪਾਸੇ ਕਿਸੇ ਨਹੀਂ ਜਾਂਦਾ, ਦੋਸਤ ਤੋਂ ਆ ਕੇ ਬਹਿ ਜਾਣ ਉਹਦੇ ਕੋਲੇ। ਹਾਂ ਬੇਬੇ, ਐ ਤਾਂ ਮੈਨੂੰ ਵੀ ਨਹੀਂ ਸੀ, ਦੋਸਤ ਤਾਂ ਹੀ ਆ ਹੀ ਜਾਂਦੇ। ਹਾਂ ਜਿਵੇਂ ਭੈਣ ਜੀ ਤੁਹਾਡਾ ਏਡਾ ਵੱਡਾ ਕਾਰੋਬਾਰ ਹੈ, ਬਹੁਤ ਵਧੀਆ, ਦੁਕਾਨ ਵੀ ਹੈ ਬੇਟੇ ਦੀ ਤੇ ਜ਼ਮੀਨ ਵੀ ਹੈਗੀ, ਫਿਰ ਉਹ ਰਿਸ਼ਤਾ ਕਿਉਂ ਨਹੀਂ ਹੋਇਆ ਹਾਲ ਤੱਕ? ਪਹਿਲਾਂ ਤਾਂ ਇਹਦਾ ਨਖਰੇ ਇਹ ਜਿਹਾ ਜੀ, ਕੋਈ ਕੁੜੀ ਨਹੀਂ ਪਸੰਦ ਕਰਦਾ ਹੈਗਾ, ਫਿਰ ਜੇ ਪਸੰਦ ਆਈ ਤਾਂ ਸਿਰਫ ਰੀਤ ਹੀ ਪਸੰਦ ਆਈ ਹੈ ਇਹਨੂੰ। ਅੱਛਾ ਹਾਂਜੀ, ਤੇ ਸੰਜੋਗ ਹੀ ਇਹਨੇ ਹੁੰਦੇ ਸੀ, ਫਿਰ ਹੁਣ ਪਸੰਦ ਕਿਵੇਂ ਆਵੇ ਹੋਰ ਕੁੜੀ? ਉਹ ਤਾਂ ਸੁੱਖ ਨਾਲ ਆਪਣੇ ਤਰੀਕੇ ਦੇ ਸਕੇ, ਆਪਦੇ ਇਹਦਾ ਤਾਇਆ ਵੀ ਕਰਾਉਂਦਾ ਰਿਸ਼ਤਾ, ਦੋ ਤਿੰਨ ਵਾਰੀ ਮੋੜਤਾ, ਫਿਰ ਹੁਣ ਕਹਿੰਦਾ ਮੈਂ ਤਾਂ ਮਾਂ ਰੀਤ ਨਾਲ ਹੀ ਕਰਾਉਣਾ ਹੈਗਾ, ਉਹਨੂੰ ਹਜੇ ਅਸੀਂ ਲਾ ਰਹੇ ਸੀ ਰੱਖ ਛੱਡਿਆ। ਠੀਕ ਹੈ, ਹਾਂ ਹੋਰ ਕੋਈ ਗੱਲ ਨਹੀਂ। ਮੰਮੀ ਚੰਨੀ ਵੀ ਆ ਗਿਆ। ਆ ਗਿਆ, ਸਤਿ ਸ਼੍ਰੀ ਅਕਾਲ, ਹੋਰ ਕਿਵੇਂ? ਠੀਕ ਹੈ? ਹਾਂ ਠੀਕ ਠਾਕ। ਦੱਸ ਕੇ ਤਾਂ ਆ ਜਾਂਦੇ, ਦੱਸਣ ਨੂੰ ਕਿਹੜਾ, ਪੁੱਤ ਬਗਾਨੇ ਘਰੇ ਆਉਣਾ ਸੀ, ਆਪਦੇ ਘਰੇ ਆਉਣਾ ਸੀ, ਫਿਰ ਤਾਂ ਵੀ ਮਾਂ ਇੰਤਜ਼ਾਮ ਤਾਂ ਕਰਨਾ ਪੈਂਦਾ, ਮੋਟਾ ਖਾਣ ਪੀਣ ਦਾ। ਇੰਤਜ਼ਾਮ ਨੂੰ ਕੀ ਹੈ, ਬੁੜੀ ਆ ਮੈਂ, ਬੁੜੀ ਵਿੱਚ ਕੀ ਇੰਤਜ਼ਾਮ ਕਰਨਾ, ਨਾ ਰੀਤ ਲਿਆ ਹੀ ਹੈਗਾ, ਚਾਹ ਹੁੰਦਾ ਹੀ ਹੈਗਾ। ਮੈਂ ਤਾਂ ਬਸ ਆਈ ਆ ਗਈ, ਮੈਂ ਪੁੱਤ ਮੈਨੂੰ ਵੀ ਤਾਂ ਲੈ ਕੇ ਆ, ਲੈ ਕੇ ਚੱਲ ਲਿਆ ਕੇ ਲਿਆ। ਹਾਂ ਬਹੁਤ ਦਿਨ ਮੈਂ ਕਹੀ ਜਾਂਦੀ ਵੀ ਮਾਂ ਨੂੰ ਲੈ ਕੇ ਆਉਣਾ, ਇਹਦਾ ਤਰੀਫਾਂ ਕਰਦੀ ਨੀ ਰਾਜਦੀ, ਸਾਰਾ ਦਿਨ ਸੁਣੀ ਜਾਂਦੀ ਇਹਦੀਆਂ ਗੱਲਾਂ। ਮੈਂ ਤਾਂ ਮੰਮੀ ਆਏ ਆ, ਚੰਨੀ ਆਏ ਆ, ਮੈਂ ਕਿਹਾ ਮੈਨੂੰ ਤਾਂ ਫਿਰ ਆਪ ਮਿਲਾ ਕੇ ਲਿਆ, ਤਾਂ ਆਈ ਆ ਮੈਂ। ਵਧੀਆ ਕੀਤਾ, ਚਾਹ ਚੁੱਕ ਪਈ ਮਾਂ? ਨਹੀਂ ਅੱਜ ਬਣਾਉਣੀ ਹੈ, ਕਿ ਤੈਨੂੰ ਡਿੱਕਣ ਲੱਗ ਗਏ, ਮੈਂ ਇਹ ਕਹਿੰਦੀ ਵੀ ਫੋਨ ਕਰ ਦਈਏ। ਹੋਰ ਸਾਰਾ ਦਿਨ ਤੁਹਾਡੀਆਂ ਹੀ ਗੱਲਾਂ ਲੈ, ਮੈਂ ਕਿਹਾ ਮੇਰੇ ਨਾਲ ਤਾਂ ਤੇਰੀ ਕੋਈ ਗੱਲ ਹੀ ਨਹੀਂ ਰਹੀ। ਮੇਰੀ ਗੱਲ ਸੁਣ ਲਾ, ਹੁਣ ਤਾਂ ਚੰਨੀ ਚੰਨੀ ਕਰਦੀ ਰਹਿੰਦੀ ਹੈ ਸਾਰਾ ਦਿਨ, ਉਧਰ ਜਾ ਕੇ ਨਾ ਬਦਲ ਜੀ, ਦੇਖ ਲਾ ਫਿਰ। ਮੰਮੀ ਮੈਂ ਉਹਨਾਂ ਕੁੜੀਆਂ ਚ ਨਹੀਂ ਹੈਗੀ ਜਿਹੜੀਆਂ ਬਦਲ ਜਾਂਦੀਆਂ ਨੇ। ਹੁਣ ਤਾਂ ਸਾਨੂੰ ਤੇਰੇ ਤੇ ਅੱਖਾਂ ਮੀਚ ਕੇ ਭਰੋਸਾ ਹੈਗਾ,
ਮਾਂ ਪੰਜੇ ਬਲੈਕ ਬਰਾਬਰ ਨਹੀਂ ਹੁੰਦੇ ਨਾਲੇ ਚਲ ਉਹ ਤਾਂ ਸਹੀ ਗੱਲ ਹੈ ਹਾਂ ਹੋਈ ਜਾਂਦਾ ਰਹਿੰਦਾ ਐ ਥੋੜੀ ਹੋਵੇ ਤੇਰੀ ਜਾਵੇ ਸਾਰੇ ਧੋਖੇਬਾਜ਼ ਹੋ ਗਏ ਜੇ ਫਿਰ ਤਾਂ ਲੋਕ ਇੱਥੇ ਹੀ ਬੈਠੇ ਰਹਿਣ ਕੋਈ ਵੀ ਬਾਹਰ ਨਾ ਜਾਵੇ ਸਰੀਕੇ ਕਬੀਲੇ ਚ ਕਿਤੇ ਨੱਕ ਨਾ ਵੱਢੀ ਜਾਵੇ ਅਸੀਂ ਉਹ ਗੱਲ ਤੋਂ ਡਰਦੇ ਆ ਹੋਰ ਕੋਈ ਵੀ ਨਹੀਂ ਮੰਮੀ ਤੁਸੀਂ ਬੇਸੋਚ ਰਹੋ ਹਾਂ ਕੋਈ ਵੀ ਇਹੋ ਜਿਹਾ ਲਾਂਭਾ ਨਹੀਂ ਆਊਗਾ ਬਸ ਠੀਕ ਹੈ ਪੁੱਤ ਮੈਨੂੰ ਤੇਰੇ ਤੇ ਇਹੀ ਆਸ ਆਈ ਬਸ ਤੇ ਮੈਨੂੰ ਵੀ ਇਹਦੇ ਜੀ ਪੂਰਾ ਭਰੋਸਾ ਹੈ ਜਿਹੜੀ ਗੱਲ ਇਹਨੇ ਕਹੀਤੀ ਹਾਂਜੀ ਉਹ ਤੇ ਪੂਰੀ ਪਾਊਗੀ ਇਹੋ ਜੀ ਗੱਲ ਨਹੀਂ ਹੈਗੀ ਮੇਰੀ ਦੀ ਠੀਕ ਹੈ ਜੀ ਹਾਂ ਮੈਂ ਤਾਂ ਆਪਦਾ ਤੁਸੀਂ ਐ ਦੇਖ ਲਓ ਪਹਿਲਾਂ ਕੀ ਸੀਗਾ ਘਰ ਦੇਖਿਆ ਹੀ ਆ ਤੇ ਹੁਣ ਆਹ ਦੇਖ ਲਓ ਹੌਲੀ ਹੌਲੀ ਕਰਕੇ ਪੂਰਾ ਉਹ ਵਧੀਆ ਬਣਾ ਕੇ ਇਹਨੂੰ ਵੀ ਕੰਮ ਕੀਤੇ ਲਾਇਆ ਸੀ ਮਾਂ ਪੁੱਤ ਕੰਮ ਪੁੱਤ ਵਧੀਆ ਚੱਲੇ ਅੰਦਰ ਦੁਕਾਨ ਹਾਂ ਮਾਂ ਪੂਰਾ ਵਧੀਆ ਕੰਮ ਚੱਲੇ ਆ ਚਲੋ ਵਧੀਆ ਪੁੱਤ ਫਿਰ ਤਾਂ ਤੇਰੀਆਂ ਵੀ ਤਿਆਰੀਆਂ ਨੇ ਹਾਂ ਮਾਂ ਮੇਰੇ ਤਾਂ ਫੁੱਲ ਤਿਆਰੀ ਆ ਬੇਬੇ ਕਿਹੋ ਜਿਹੀ ਗੱਲਾਂ ਕਰੀ ਜਾਂਦੀ ਆ ਪਹਿਲਾਂ ਤਾਂ ਚੰਨੀ ਦੀ ਤਿਆਰੀ ਆ ਜਦੋਂ ਮੈਂ ਚੱਲ ਗਈ ਨਾਲ ਦੀ ਨਾਲ ਚੰਨੀ ਫੇਰ ਤੁਹਾਡੀ ਵਾਰੀ ਆਊਗੀ ਨਾਲੇ ਮੰਮੀ ਇੱਕ ਗੱਲ ਹੋਰ ਤੁਸੀਂ ਨਾ ਆਪਣੇ ਸ਼ਰੀਕੇ ਚ ਕਿਸੇ ਨਾਲ ਵੀ ਗੱਲ ਨਾ ਕਰਿਓ ਠੀਕ ਹੈ ਪੁੱਤ ਹਾਂਜੀ ਮੇਰੀ ਨੇ ਇੱਕ ਸਹੇਲੀ ਸੀਗੀ ਉਹ ਵਿਚਾਰਾ ਨੇ ਨਾ ਸਾਰਾ ਕੁਝ ਕਰ ਲਿਆ ਇੰਨਾ ਪੈਸਾ ਲਾਤਾ ਫੈਲ ਵੀ ਤਿਆਰ ਹੋ ਗਈ ਸੀ ਪਤਾ ਨਹੀਂ ਕੀ ਲੋਕਾਂ ਨੇ ਦੰਦਾ ਪਾਇਆ ਨਾ ਉਹ ਜਾ ਸਕੀ ਤੇ ਨਾ ਹੀ ਮੁੰਡੇ ਵਾਲਿਆਂ ਦਾ ਪਰਿਵਾਰ ਵਿੱਚ ਹੀ ਪੈਸੇ ਰੁਲ ਗਏ ਅੱਛਾ ਹਾਂ ਅੱਜ ਕੱਲ ਦਾ ਲੋਕ ਨਾ ਪਤਾ ਹੀ ਨਹੀਂ ਕੀ ਕੁਝ ਕਰਾਉਂਦੇ ਫਿਰਦੇ ਨੇ ਤੁਸੀਂ ਕਿਸੇ ਕੋਲ ਵੀ ਗੱਲ ਨਾ ਕਰਿਓ ਉਹਦੀ ਗੱਲ ਪਤਾ ਲੱਗੇ ਜਦ ਮੈਂ ਜਹਾਜ਼ ਚੜ ਗਈ ਠੀਕ ਹੈ ਪੁੱਤ ਇਹ ਗੱਲ ਤਾਂ ਮੇਰੇ ਵੀ ਧਿਆਨ ਚ ਆਈ ਮੈਂ ਤਾਂ ਕਿਸੇ ਨੂੰ ਛੇ ਦਿਨੇ ਪਾਖ ਨਹੀਂ ਕੱਢਦੀ ਘਰ ਦੀ ਗੱਲ ਦੀ ਸਹੀ ਗੱਲ ਹੈ ਮਾਂ ਤੈਨੂੰ ਪਤਾ ਹੀ ਆ ਕੋਈ ਕਿਸੇ ਰਾਜੀ ਨਹੀਂ ਹੈਗਾ ਹੁਣ ਦੇਖੇਦਾ ਤਾਇਆਗਾ ਉਹਨੂੰ ਵੀ ਕੋਈ ਗੱਲ ਨਹੀਂ ਦੱਸੀ ਕਈ ਵਾਰੀ ਆ ਗਿਆ ਵਧੀਆ ਕੀਤਾ ਮੈਂ ਨਹੀਂ ਦੱਸਦੀ ਉਹਨੂੰ ਗੱਲ ਮੈਂ ਤਾਂ ਕਹਿ ਕੱਲਾ ਹੀ ਕਹਿੰਦੀ ਚੰਨੀ ਨੂੰ ਪੁੱਛ ਲਓ ਜੀ ਤੈਨੂੰ ਪਤਾ ਆਈਲੈਟਸ ਵਾਲੀਆਂ ਕੁੜੀਆਂ ਤਾਂ ਲੋਕ ਲੱਭਦੇ ਫਿਰਦੇ ਨੇ ਮਿਲਦੀਆਂ ਨਹੀਂ ਹੈਗੀਆਂ ਸਹੀ ਗੱਲ ਹੈ ਪੁੱਤ ਤੇਰੀ ਕੋਈ ਪਤਾ ਨਹੀਂ ਕਿਸੇ ਨੇ ਦੋ ਲੱਡੂ ਕਰਾ ਕੇ ਰੱਖਤੇ ਬਸ ਸਾਰਾ ਕੰਮ ਖਤਮ ਹਾਂ ਕੋਈ ਨਿਸ਼ਾਨ ਨਹੀਂ ਹੈ ਮੰਮੀ ਤੈਨੂੰ ਪਤਾ ਹੀ ਆ ਉਹ ਪ੍ਰੀਤੀ ਕਿੰਨਾ ਕੁਝ ਹੋਇਆ ਉਹਨਾਂ ਨਾਲ ਵਿਚਾਰਿਆਂ ਨਾਲ ਚੱਲ ਫਿਰ ਠੀਕ ਹੈ ਪੁੱਤ ਆਹ ਗੱਲ ਤਾਂ ਅਸੀਂ ਧਿਆਨ ਚ ਹੀ ਰੱਖਾਂਗੇ ਹੁਣ ਹੋਰ ਹਾਂਜੀ ਨਾ ਹੀ ਸਾਡੀ ਆਦਤ ਹੈ ਕਿਸੇ ਕੋਲੇ ਬਾਹਰ ਗੱਲ ਕਰਨ ਦੀ ਕਿਸੇ ਨੂੰ ਦੱਸਣ ਦੀ ਲੋੜ ਹੀ ਨਹੀਂ ਹਾਂ ਜੀ ਹਾਂ ਅਹੀਂ ਪਤਾ ਲੱਗ ਗਏ ਜੀ ਜਹਾਜ਼ ਚੜ ਗਏ ਚੜ ਗਏ ਹਾਂ ਮੰਮੀ ਠੀਕ ਹੈ ਨਾ ਮਾਂ ਨੂੰ ਮੈਂ ਪਹਿਲਾਂ ਸਮਝਾਇਆ ਹੋਇਆ ਦੱਸੀ ਨਾ ਦੱਸਣ ਦੀ ਲੋੜ ਹੀ ਨਹੀਂ ਨਾ ਨਾ ਲੋਕ ਜਲਦੇ ਵਾਲਾ ਨੇ ਪਤਾ ਨਹੀਂ ਕੀ ਕੋਣੇ ਨਾਮ ਕਰਾ ਦਾ ਫਿਰ ਕੁਝ ਬਣਦਾ ਨਹੀਂ ਅਹੀਂ ਹਾਂ 5-10000 ਰੁਪਏ ਦੇ ਦਿੰਦੇ ਆ ਵੀ ਇਹਦਾ ਕੰਮ ਨਾ ਬਣੇ ਕੰਮ ਬੰਨ ਦਿੰਦੇ ਨੇ ਹਾਂ ਪਹਿਲਾਂ ਮੇਰਾ ਕੰਮ ਵੀ ਬੰਨਿਆ ਹੋਇਆ ਸੀ ਮਸਾਂ ਬਾਪੇ ਤੋਂ ਇਲਾਜ ਕਰਾਇਆ ਮੈਂ ਉਹ ਮਾੜਾ ਮੋਟਾ ਚੱਲਿਆ ਕੰਮ ਹੁਣ ਉਹੀ ਤਾਂ ਗੱਲ ਹੈ ਸਹੀ ਹੈ ਗੱਲ ਇਹ ਦੱਸੇ ਨਾ ਕਿਸੇ ਨੂੰ ਦੱਸਣਾ ਨਹੀਂ ਬਸ ਹਾਂ ਦੱਸਣਾ ਨਹੀਂ ਚਾਹੀਦਾ ਚੱਲ ਕੋਈ ਨਹੀਂ ਫਿਰ ਲੈ ਮਾਂ ਤੂੰ ਚਾਹ ਬਣਾ ਕੇ ਲਿਆ ਕਾਫੀ ਬਣਾ ਲਿਆ ਤੇ ਨਾਲੇ ਚਾਹ ਬਣਾ ਲੈ ਇੱਧਰ ਮਾਂ ਵਾਸਤੇ ਚੱਲ ਨਾ ਖਾਣ ਨੂੰ ਇਹ ਪੈਕ ਸੁੱਕ ਲੈ ਆਉਂਗਾ ਚੱਲ ਕੋਈ ਨਾ ਉਹ ਲੈ ਦੇ ਨਿਆ ਪੁੱਤ ਆਏ ਠੀਕ ਹੈ ਮਾਂ ਆਏ ਕਿੰਨਾ ਵਧੀਆ ਪਰਿਵਾਰ ਹੈ ਹਾਂ ਮੰਮੀ ਦੋਨੇ ਕਿੰਨੇ ਭੋਲੇ ਆ ਨਾ ਵਧੀਆ ਕਰਮ ਚੰਗੇ ਸੀ ਆਪਣਾ ਜਿਹੜਾ ਇਹਨਾਂ ਨਾਲ ਮੇਲ ਹੋਇਆ ਹੈ ਨਾ ਸਹੀ ਗੱਲ ਆ ਮੰਮੀ ਹਾਂ ਪੁੱਤ ਮੈਂ ਖਾਣ ਨੂੰ ਪਿਆ ਕੁਝ ਖਾਣ ਨੂੰ ਤਾਂ ਪੁੱਤ ਹੁਣ ਘਰੇ ਵਾਲੇ ਉਹ ਬਿਸਕੁਟ ਜੇ ਤੇ ਕੀ ਰੱਖਣੇ ਤੇਰੀ ਸੱਸ ਪਹਿਲੀ ਵਾਰ ਆਈ ਆ ਮਠਿਆਈ ਲੈ ਆ ਰਸਗੁੱਲੇ ਆ ਤੇ ਬਰਫੀ ਲੈ ਆ ਜੇ ਤੁਸੀਂ ਨਮਕੀਨ ਖਾਣਾ ਤਾਂ ਸਮੋਸੇ ਫੜ ਲੈ ਚੱਲ ਠੀਕ ਹੈ ਮੈਂ ਲਿਆਉਣਾ ਹਾਂ ਦੋਨੇ ਚੀਜ਼ਾਂ ਲਿਆ ਮਾੜਾ ਜਿਹਾ ਜਲਦੀ ਆ ਜੀ ਪੁੱਤ ਸੌਣ ਜਾਣ ਹੀ ਕਰੂੰਗਾ ਮੈਂ ਚੱਲ ਠੀਕ ਹੈ ਜਾ ਚੰਨੀ ਕਿੱਧਰ ਭੇਜਤਾ ਜੀ ਆ ਚੰਨੀ ਕੁਝ ਖਾਣ ਪੀਣ ਨੂੰ ਲੈਣ ਗਿਆ ਬਾਜ਼ਾਰ ਤੋਂ ਅਸੀਂ ਕਿਹੜੇ ਬਗਾਨੇ ਸੀ ਨਾਲੇ ਰੋਟੀ ਖਾ ਕੇ ਆਇਆ ਚਾਹ ਪਾਣੀ ਪੀ ਕੇ ਕਾਸੇ ਦੀ ਵੀ ਲੋੜ ਹਾਂ ਜੀ ਉਹ ਤਾਂ ਤੁਹਾਡੀ ਗੱਲ ਠੀਕ ਹੈ ਬਾਕੀ ਪਹਿਲੀ ਵਾਰ ਆਈ ਹੈ ਤੇਰੀ ਮਾਂ ਹੱਕ ਬੰਦਾ ਸਾਡਾ ਘੇਰਾ ਤਾਂ ਕੀ ਹੈ ਜੀ ਆਹੀ ਸੇਵਾ ਹੀ ਹੁੰਦੀ ਆ ਹੋਰ ਦੱਸ ਕੀ ਮੈਂ ਤੁਹਾਨੂੰ ਲਿਆ ਦੂੰਗੀ ਤਾਂ ਆਪਣੇ ਬਗਾਨੇ ਦੇ ਮੂਰੇ ਹੁੰਦਾ ਹੈ ਆਪ ਤਾਂ ਕਰਦੀ ਤਾਂ ਗੱਲ ਹੈਗੀ ਕੋਈ ਨਹੀਂ ਕੇਰਾ ਤਾਂ ਜ਼ਰੂਰੀ ਹੁੰਦਾ ਹੈ ਪਤਾ ਕਿ ਆਪ ਨਾਲ ਬੋਲ ਲੈਣਾ ਨਾ ਇਹੀ ਬਹੁਤ ਇੰਨੇ ਹੀ ਬਹੁਤ ਹੁੰਦਾ ਜੀ ਚਾਹ ਬਣ ਗਈ ਚਾਹ ਬਸ ਹਾਏ ਤੂੰ ਪਾਵਾਂਗੀ ਠੰਡੀ ਹੋ ਜੂਗੀ ਚਾਹ ਤੈਨੂੰ ਪਤਾ ਹੀ ਹੈ ਫਿਰ ਇੰਨੀ ਖੇਚਲਾ ਕਰੀ ਦੇਖੀ ਲੈ ਉਹੀ ਗੱਲਾਂ ਕਰ ਲੈਣੀ ਮੈਂ ਮੇਰੇ ਪੁੱਤ ਨਾਲ ਕੋਈ ਨਾ ਆ ਗੱਲਾਂ ਬਸਰੀਆਂ ਤਾਂ ਬਾਪ ਵੀ ਮੈਂ ਤਾਂ ਆਈ ਸੀ ਮੈਂ ਗੱਲਾਂ ਦਾ ਬਾਪੂ ਆਇਆ ਤਾਂ ਉਹ ਪਹਿਲਾਂ ਤਾਂ ਇਹ ਲੈ ਕੇ ਨਹੀਂ ਹੋਈ ਸੀ ਮੈਂ ਮਿੰਤਾ ਕਰੀਆਂ ਮੈਂ ਲੈ ਚੱਲ खर्चा करता माड़ा जा अपा भुख नहीं भुख नहीं गल ਅਲੇ ਪੁੱਤ ਸਾਗਨ ਮੰਮੀ ਚੀ ਲੱਗਿਆ ਸੀਗਾ ਆ ਘੰਟਾ ਹੋਰ ਨਹੀਂ ਬੈਠਾ ਜਾਂਦਾ ਸਾਗਨ ਤਾਂ ਬਣਦਾ ਪੁੱਤ ਸੱਗੇ ਰੋਤੇ ਰਾਤ ਸਾਖ ਹੁੰਦੇ ਦੇਣਾ ਪੈਂਦਾ ਓਹੋ ਆ ਕਿਸੇ ਚਲਾ ਕੀ ਕਰੀਏ ਨਹੀਂ ਨਹੀਂ ਇਹ ਤਾਂ ਹੱਕ ਬਣਦਾ ਜੀ ਲੈ ਦੱਸ ਹੋਰ ਚੱਲ ਪੁੱਤ ਕੋਈ ਨਹੀਂ ਚੱਲ ਜੀ ਨਹੀਂ ਲੱਗਣਾ ਹੈਗਾ ਤੁਸੀਂ ਨਾਲ ਹੀ ਚੱਲ ਪੋ ਆ ਜਾ ਚੱਲੀਏ ਚੱਲ ਆ ਜਾ ਪੁੱਤ ਠੀਕ ਹੈ ਜੀ ਚੰਗਾ ਜੀ ਹਾਂ ਸਤਿ ਸ੍ਰੀ ਅਕਾਲ ਚੰਗਾ ਮੈਂ ਛੱਡਿਆ ਮਨ ਛੱਡਿਆ ਪੁੱਤ
आ जाओ भाई लंघे आओ। सत श्री अकाल भाई, आ जाओ अंदर ही लंघे आओ। आ जाओ भाई बैठो। पानी लाया भाई पहला? ना ना भाई काहे लो नहीं, ते मैं तो आई आया सीगा, मैं तुसी बनाई रहे कोई मुड़ के दस्या नहीं कुछ। कोई नहीं चन्नी इत्थी गया हैगा, आ जांदा हैगा, ओ तो पुछ ले सारा, ओ कहे सी मैं आपी गल कर लूं ताए नाल। नरे ओ राज जांदा सी मोटरसाइकिल ते नाल सी ओदे, पता नहीं मैं तां ध्यान। हां ओ ना भरजाई दी गा भैण आई सी इत्थे दवाई लैण आईयां सीगियां। अच्छा अच्छा। हां काम सीगा उहनां नूं, फिर ओ जांदियां होईयां मैनूं मिल गईयां इत्थे। चलो चंगी गल भाई। हां बस उहनां दा साडे नाल वाला मोह प्यार हैगा, आ जांदे नेगे। तेन की गल मेन दस रिश्ता लेके आया, मेरा आप ही नहीं मूड अजेता आया, मैं ਘਰ ਬਾਰ ਮੜਾ ਜਿਹਾ ਹੋਰ ਬਣਾ ਲਈਏ, ਦੁਕਾਨ ਦੀ ਸੈਟਿੰਗ ਜੀ ਕਰ ਲਈਏ, ਨਾਲੇ ਸਮਾਨ ਪਾਲੀ, ਨਾਲੇ ਘਰ ਤੇ ਪੈ ਜੇ ਵਾਵਾ ਲੱਗ ਗਏ, ਹੁਣ ਮਾੜਾ ਮੋਟਾ ਹੱਥ ਜਿਹਾ ਟਾਇਟ ਆ, ਸਾਲ ਸੈੱਟ ਜੇ ਹੋ ਜੂ, ਉਦੋਂ ਬਾਅਦ ਕਰਾਊਂਗਾ ਵਿਆਹ। ਚੱਲ ਠੀਕ ਆ ਫਿਰ ਤਾਂ, ਉਹ ਤਾਂ ਐਂ ਸੀਗਾ ਮੈਂ ਜਾ ਰਿਸ਼ਤਾ ਚੰਗਾ ਸੀਗਾ, ਉਹ ਤਾਂ ਚੱਲ ਨਿਗਾ ਸੀਗਾ, ਕਿਉਂ ਜੇ ਚੰਗੇ ਥਾਂ ਹੋ ਜਾ ਤੇ ਹੁਣ ਤੇਰਾ ਤਾਂ ਮੈਨੂੰ ਪਤਾ ਹੈਗਾ, ਉਹ ਤਾਂ ਚੰਗਾ ਹੁੰਦਾ ਜੇ ਆਪਾਂ ਹੋਰ ਥਾਂ ਕਰਾਵਾਂਗੇ, ਅੱਜ ਕੱਲ੍ਹ ਕੋਈ ਨਸ਼ਾ ਖਾਂਦਾ ਮੁੰਡਾ ਸੌ ਕੁਛ ਕਰਦਾ ਗਾ, ਉਸ ਦਾ ਜਿਹੜਾ ਡਰ ਲੱਗਦਾ ਗਾ। ਹਾਂ ਤਾਂ ਤੇਰੀ ਗੱਲ ਸਹੀ ਹੈ, ਪਰ ਮੈਂ ਵਿਆਹ ਤਾਂ ਕਰਨਾ ਹੀ ਸੀ, ਪਰ ਸੰਜੋਗ ਹੀ ਚੱਲ ਫਿਰ ਵੀ ਜੇ ਕਈ ਵਾਰ ਕੋਈ ਦਿਮਾਗ 'ਚ ਗੱਲ ਆ ਜਾਂਦੀ ਹੈ ਤਾਂ ਮੈਨੂੰ ਦੱਸ ਦੀ, ਫਿਰ ਤਾਂ ਆਪਾਂ ਅਗਲੇ ਨਾਲ ਗਾਹਾਂ ਗੱਲ ਤੋਰ ਲਾਂਗੇ। ਬਾਕੀ ਸਿਰੇ ਭਾਈ ਜੇ ਕੋਈ ਥੋੜ੍ਹੀ ਘਣੀ ਪੈਸੇ ਪ੍ਰੋਬਲਮ ਹੋਈ ਤਾਂ ਮੈਨੂੰ ਦੱਸ ਦਿਓ, ਉਨੀ ਆਪਾਂ ਤੇਰੀ ਮਦਦ ਵੀ ਕਰ ਦਿਆਂਗੇ। ਤਾਂ ਵੀ ਤਾਂ ਔਖਾ ਆ ਉਹ, ਅੰਦਰ ਤੂੰ ਵੀ ਕਿੰਨੇ ਲਾ ਦੇ, ਲੱਖ ਲਾ ਦੇ, ਦੋ ਲੱਖ, ਤਾਂ ਵਿਆਹ ਤੇ ਵਾਹਵਾ ਖਰਚਾ ਆ, 4-5 ਲੱਖ ਤੂੰ ਹੀ ਆ ਜਾਊਗਾ, ਵਿਆਹ ਤੇ ਤਾਂ ਮੋਦੀ ਗੱਲ ਆ ਸਿਆਉਣਾ ਮਹਿੰਗਾ ਨਾ ਹਨਾ। ਜੇ 2-4 ਤੋੜੇ ਬਣਾਏ 2 ਲੱਖ ਤੂੰ ਹੀ ਲੱਗ ਜੂਗਾ, ਆਉਂਦਾ ਹੀ ਕੁਛ ਨਹੀਂ ਪੈਸੇ ਦਾ ਤਾਂ। ਹਾਂ ਤਾਂ ਫਿਰ ਔਖਾ ਆ ਜਾਂਦਾ। ਉਹ ਤਾਂ ਤੇਰੀ ਗੱਲ ਠੀਕ ਆ, ਮੈਂ ਸਮਝਦਾ, ਸਿਆਣੀ ਗੱਲ ਆ ਤੇਰੀ। ਨਾਲੇ ਬਾਈ ਜੀ 4 ਰੁਪਿਆ ਦੀ ਮੁੱਠੀ ਚੋਣ ਨਾ, ਫਿਰ ਕੋਈ ਗੱਲ ਨਹੀਂ। ਥੋੜੇ ਘਣੇ ਤਾਂ ਫੜੇ ਜਾਂਦੇ ਹੁੰਦੇ ਆ, ਬਾਰੇ ਨਹੀਂ ਫੜੇ ਜਾਂਦੇ ਨਾ, ਹੁਣ ਜੇ ਆਪਾਂ ਸਾਰੇ ਫੜ ਕੇ ਲਾਵਾਂਗੇ ਸਾਰੇ ਕਿੱਥੋਂ ਲਾ ਦੇਵਾਂਗੇ। ਹਾਂ ਇਹੋ ਜਿਹਾ ਐਂ ਆ ਨਾ ਬਾਈ ਜੀ, ਆਪਣੇ ਕਿਹੜਾ ਵਾਲੇ ਆ ਸੁੱਖ ਨਾਲ, ਇਕੱਲਾ ਹੈਗਾ, ਵਧੀਆ ਵਿਆਹ ਕਰਾਂਗੇ ਆਪਾਂ। ਨਾਲੇ ਮੈਂ ਠੇਕਾ ਪਹਿਲਾਂ ਫੜ ਲਿਆ 2 ਸਾਲਾਂ ਦਾ, ਤੇ ਠੇਕਾ ਹੁਣ ਸਾਲ ਪੂਰਾ ਹੋ ਜੂਗਾ, ਠੇਕਾ ਅਗਲੇ ਸਾਲ ਬਾਅਦ, ਤੂੰ 2 ਸਾਲਾਂ 3 ਸਾਲਾਂ ਦਾ ਇਕੱਠਾ ਫੜ ਲਾਂਗੇ। ਚਲ ਕੋਈ ਗੱਲ ਨਹੀਂ, ਇਰਾਦਾ ਹੋਇਆ ਫਿਰ ਤਾਂ ਮੈਂ ਦੱਸ ਦੂੰਗਾ, ਤੇ ਚੱਲ ਕੋਈ ਗੱਲ ਨੀ, ਆਪਾਂ ਅਗਲੇ ਨੂੰ ਕਹਿ ਦੇਂਗੇ, ਅਗਲਾ ਤਾਂ ਹੋਰ ਦੇਖ ਲਓ, ਆਪਣਾ ਕੋਈ ਉਹ ਆ ਸਾਰ ਰੁਕ ਜਾਣਗੇ ਠੀਕ ਹੈ, ਚੱਲ ਇੱਕ ਵਾਰ ਸਾਲ ਬਾਅਦ ਗੱਲ ਕਰਾਂਗੇ ਜੀ, ਗੱਲ ਪਹਿਲਾਂ ਕਰ ਲਈਏ, ਹੋਰ ਨਹੀਂ ਤਾਂ ਮੌਕੇ ਤੇ ਹੁੰਦਾਗਾ, ਅਗਲੇ ਨੂੰ ਫਿਰ ਆਇਆ ਕਹਿੰਦੇ ਆ ਆਪਾਂ ਅਗਲੇ ਨੂੰ ਭਾਈ ਦੇਖ ਲਓ, ਉਹ ਤਾਂ ਇਹ ਠਹਿਰ ਕੇ ਲੈਣਗੇ। ਫੋਨ ਕਰੀ ਆ ਕੇ ਲੈ, ਐਵੇਂ ਕਿਉਂ ਰੋਣੀ ਆ ਤੂੰ, ਖੁਸ਼ੀ ਖੁਸ਼ੀ ਤੋਰ ਮੈਨੂੰ। ਚਲੋ ਕੋਈ ਗੱਲ ਨੀ ਜੀ, ਖੁਸ਼ੀ ਦੀ ਗੱਲ ਐ, ਅੱਜ ਇਹ ਜਾਂਦੀ ਐ ਕੱਲ ਨੂੰ ਤੁਸੀਂ ਵੀ ਜਾਓਗੇ, ਕੋਈ ਨੀ। ਬੇਬੇ ਚੁੱਪ ਕਰ ਜਾ, ਦੇਖੀ ਚੁੱਪ, ਤੁਸੀਂ ਵੀ ਚੁੱਪ ਕਰੋ। ਪਹਿਲਾਂ ਕਹਿੰਦੇ ਬੇਬੇ ਤੂੰ ਕਿਉਂ ਲੱਗ ਗਈ ਹੁਣ ਮੈਨੂੰ, ਕਹੀ ਹੁਣ ਆਪ ਲੱਗ। ਹਾਂ ਕਹਿੰਦੇ ਮਨ ਤਾਂ ਭਰਦਾ ਹੀ ਆ, ਪਰ ਦੇਸਾਂ ਚ ਰਹਿਣਾ ਕਿਹੜਾ ਸੌਖਾ ਪਿਆ। ਚੱਲ ਚੱਲ, ਧਿਆਨ ਰੱਖੀ ਆਪਣਾ, ਠੀਕ ਆ, ਚੰਗਾ ਮੰਮੀ। ਚੱਲ ਪੁੱਤ, ਅਸੀਂ ਤੈਨੂੰ ਮਿਸ ਤਾਂ ਬਹੁਤ ਕਰਾਂਗੇ, ਪਰ ਜਲਦੀ ਸਾਨੂੰ ਸਾਰਿਆਂ ਨੂੰ ਸੱਦ ਲਈ ਕਰਦੇ। ਹਾਂਜੀ ਠੀਕ ਹੈ, ਜਾ ਕੇ ਆਪਦਾ ਧਿਆਨ ਰੱਖੀ, ਨਾਲੇ ਫੋਨ ਫਾਨ ਕਰਦੀ ਰਹੀ। ਹਾਂਜੀ ਤੁਸੀਂ ਵੀ ਆਪਣਾ ਧਿਆਨ ਰੱਖੋ, ਪਹਿਲਾਂ ਫੋਨ ਮੈਂ ਤੁਹਾਨੂੰ ਹੀ ਕਰੂੰਗੀ। ਹਾਂ ਚਲੋ।
ਠੀਕ ਹੈ ਪੁੱਤ ਚੰਗਾ ਮਾਂ ਹਾਂ ਪੁੱਤ ਠੀਕ ਹੈ ਜਾਓ ਸ਼ਾਮ ਤੱਕ ਆ ਜਾਵਾਂ ਹਾਂ ਹਾਂ ਠੀਕ ਹੈ ਚਲੋ ਕੋਈ ਨਹੀਂ ਮਨ ਹੌਲਾ ਨਾ ਕਰੋ ਜਾ ਕੇ ਆਪਾਂ ਨੂੰ ਫੋਨ ਫਾਨ ਤਾਂ ਕਰਿਆ ਕਰੂਗੀ ਆਪਣੇ ਕੋਲ ਹੀ ਹੈ ਛੇਤੀ ਆਪਾਂ ਨੂੰ ਵੀ ਲੈ ਜੂਗੀ ਉਹ ਤਾਂ ਠੀਕ ਹੈ ਹਾਂ ਬੈਠੋ ਤੁਸੀਂ ਜਾਣਾ ਕਿਹੜਾ ਨੇੜੇ ਤੇੜੇ ਹਾਂ ਕੋਈ ਨਹੀਂ ਕੋਈ ਹੋਰ ਨੇ ਬਥੇਰੀ ਔਖਿਆ ਚਲ ਕੋਈ ਨਹੀਂ ਬਸ ਮਾਂ ਮੇਰਾ ਜੀ ਜਾਣੇ ਲੱਗ ਰਿਹਾ ਮੈਂ ਤਾਂ ਆਪ ਆਈ ਕਹਿੰਦੀ ਸੀ ਉਹ ਜੀ ਕਿੱਥੋਂ ਲੱਗੂਗਾ ਹਨਾ ਫੋਟਾਂ ਦੇ ਨਾਲ ਜੀ ਤੁਸੀਂ ਮੇਰੇ ਚੰਗੇ ਕਰੀ ਤਾਂ ਕੀ ਕਰਦਾ ਤੇਰੇ ਨਾਲ ਅਸੀਂ जमीन बेच के पैसे लाए जो मैं करा जमीन बेचने की भी लोड़ नहीं सारा कुछ आप ही करते हो पैसा टाका ला के बस एक मुंडा भरते सू वे मिल जाए नशा ना खाता हो ठगी वाले तो कम है ही नहीं ता ठगी नहीं बजनी साडे नाल आपदे परिवार ही हड्डा घर दी गल ही है हां घर दी गल ही है ਤੁਸੀਂ ਹੁਣ ਐਵੇਂ ਗੁੱਸਾ ਨਾ ਕਰੋ ਕੋਈ ਨਹੀਂ ਨਹੀਂ ਗੁੱਸਾ ਕਰਦਾ ਮੈਨੂੰ ਤਾਂ ਇਹ ਸੀ ਨਾ ਜਿਹੜੇ ਉਹ ਕੁੜੀ ਤਾਂ ਸਿਆਣੀ ਸਿਆਣੀ ਸੀਗੀ ਉਹ ਬੰਦੇ ਵੀ ਆਪਦੇ ਹੱਥ ਵਾਲੇ ਸੀਗੇ ਜ਼ਮੀਨ ਹੀ ਮੈਂ ਤਾਂ ਕਹਿੰਦਾ ਸੀਗਾ ਨਾਲ ਤਾਂ ਤੂੰ ਜ਼ਮੀਨ ਵੇਚੀ ਆ ਇਹਨਾਂ ਜ਼ਮੀਨ ਵੇਚਣ ਦੀ ਵੀ ਲੋੜ ਨਹੀਂ ਸੀ ਸਾਰਾ ਖਰਚਾ ਉਹੀ ਕਰਦੇ ਤਾਂ ਜ਼ਮੀਨ ਦਾ ਵੀ 2-3 ਸਾਲ ਚ ਬਣਾਉਂ ਜ਼ਮੀਨ ਦੇ ਦੁੱਗਣੀ ਬਣ ਚੁੱਕੀ ਹੈ ਤਾਂ ਮੈਂ ਵਗ ਗਿਆ ਪਰ ਆਈ ਆ 4-5 ਮਹੀਨਾ ਦੀ ਗੱਲ ਆ ਉਦੋਂ ਮੈਂ ਵੀ ਵਗ ਜਾਊਂਗਾ ਚਲ ਭਾਈ ਜਦੋਂ ਹੁਣ ਕਾਲੀ ਲਿਆ ਜੇ ਮੈਂ ਬਾਹਲਾ ਕਹੂੰਗਾ ਫਿਰ ਤੈਨੂੰ ਆਇਆ ਹੋ ਮੇਰੇ ਤਾਇਆ ਟੋਕਦਾ ਮੈਨੂੰ ਟੋਕਣ ਦੀ ਲੈਣਾ ਚਲ ਗਿਆਗਾ ਭਾਈ ਮੈਂ ਵੀ ਕਹਿੰਦਾ ਹੋ ਜਾਊਗਾ ਵੀ ਸਾਡਾ ਵੀ ਕੋਈ ਵਗ ਗਿਆ ਹਾਂ ਕੋਈ ਤਾਂ ਤੈਨੂੰ ਨਾਲ ਲੈ ਜਾਊਗਾ ਚਲ ਕੋਈ ਨਾ ਸੀ ਵਗ ਗਿਆ ਨਾ ਫਿਰ ਤੈਨੂੰ ਵੀ ਲੈ ਜਾਾਂਗੇ ਨਾ ਚਲ ਮੇਰੀ ਤਾਂ ਖਾਧੀ ਆ ਤੁਸੀਂ ਜਾ ਕੇ ਸੌਖੇ ਰਹੋ ਚਲ ਆਪਣੇ ਇੱਥੇ ਕਿਵੇਂਦਾਰੀ ਵਧੇ ਛੱਟਾ ਚਲ ਤੂੰ ਵਗ ਜੀ ਮੈਂ ਵੀ ਕਹਿੰਦਾ ਹੋ ਵੀ ਸਾਡਾ ਵੀ ਮੁੰਡਾ ਗਿਆ ਬਾਹਰ ਹਾਂ ਚਲ ਚਾਹ ਬਣਾ ਕੇ ਲੈ ਕੇ ਦਿੱਤਾ ਨਾ 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 ਚਾਹ ਨਹੀਂ ਮੈਂ ਤਾਂ ਆਇਆ ਮੈਨੂੰ ਪਤਾ ਲੱਗਿਆ ਮੈਂ ਹੁਣੀ ਜਾ ਕੇ ਆਉਣਾਗਾ ਮੈਂ ਤਾਂ ਹੀ ਆ ਗਿਆ ਚਲ ਤਾਂ ਮਾਫ ਕਰ ਦੇ ਸਾਡੇ ਦੀ ਗਲਤੀ ਉਹ ਸਾਨੂੰ ਪਤਾ ਨਹੀਂ ਮੈਂ ਤਾਂ ਕੀ ਕਰਿਆ ਮੇਰਾ ਕੁਰਤਾ ਪਜਾਮਾ ਜਿਹਾ ਬਦਲਿਆ ਸੀਗਾ ਕੁਰਤਾ ਪਜਾਮਾ ਜਿਹਾ ਪਰਮਾ ਜਿਹਾ ਬਦਲੇ ਨਹੀਂ ਸੀ ਜਦੋਂ ਮੈਨੂੰ ਪਤਾ ਲੱਗਿਆ ਮੈਂ ਆਪ ਕੁਛ ਨਹੀਂ ਹੁੰਦਾ ਮੈਂ ਪਾ ਕੇ ਉਹਦੀ ਪਜਾਮਾ ਗੁੱਸਾ ਸੀ ਮਾਮਾ ਜਾ ਕੇ ਆਣਾ ਤੈਨੂੰ ਕੋਲ ਕੋਈ ਨਾ ਤਾਂ ਹੁਣ ਜੋ ਪੁੱਛ ਕੇ ਕਰ ਲਿਆ ਕਰਾਂ ਤਾਂ ਤੇਰਾ ਵੀ ਹੱਕ ਬਣ ਜਾਣਾ ਮੈਂ ਤੈਨੂੰ ਗਲਤ ਥੋੜੀ ਕਰਾਉਣਾ ਵੀ ਗਲਤ ਕਰਾਉਂਦਾ ਸੀ ਹਾਂ ਗਲਤ ਤੇ ਨਹੀਂ ਕਰਾਉਣਾ ਤਾਂ ਮੈਂ ਅਸੀਂ ਬਸ ਉਹਨੇ ਕਹਿਤਾ ਕੁੜੀ ਨੇ ਵੀ ਦੱਸਿਆ ਵੀ ਪੰਡਤ ਨੇ ਦੱਸਿਆ ਨੂੰ ਵੀ ਕਿਸੇ ਨੇ ਵੀ ਦੱਸਿਆ ਨਾ ਤਾਂ ਕਿ ਚਲੋ ਠੀਕ ਆ ਭਾਈ ਹਾਂ ਤੁਸੀਂ ਬਾਬੇ ਦੀ ਮੰਨ ਕਰਿਆ ਲੋਕੀ ਬਾਬੇ ਦੀ ਗੱਲ ਚ ਜਿਆਦਾ ਫਾਇਦਾ ਹੁੰਦਾ ਕਈ ਵਾਰੀ ਕੋਈ ਹਾਂ ਫਾਇਦਾ ਤਾਂ ਹੋ ਹੀ ਗਿਆ ਸਾਡਾ ਕੰਮ ਜਿਵੇਂ ਜਿਵੇਂ ਉਹ ਕਹੀ ਗਿਆ ਉਹ ਸਾਡਾ ਕੰਮ ਹੋਈ ਆ ਜਿਵੇਂ ਜਿਵੇਂ ਉਹਨੇ ਆਖਿਆ ਵੀ ਇਹ ਪੇਪਰ ਚ ਪਾਸ ਹੋ ਜੂ ਹੁਣ ਪੇਪਰ ਚ ਹੀ ਪਾਸ ਹੋ ਗਏ ਵੀ ਆ ਤਰੀਕ ਨੂੰ ਤੁਹਾਡਾ ਹੋ ਜਾਊਗਾ ਮਹੀਨੇ ਮਹੀਨੇ ਚਾਹ ਜੂਗਾ ਆਹ ਜਾਏਗਾ ਵੀ ਜਾ ਗੱਲਾਂ ਕਹਿੰਗਾ ਜੀ ਸਾਰੀਆਂ ਪਾਸ ਹੋ ਗਈਆਂ ਹਾਂ ਪਾਸ ਹੋ ਗਈਆਂ ਤਾਂ ਰਕੇ ਹੁਣ ਦੱਸਦਾ ਹੁਣ ਤਾਂ ਰਕੇ ਲੋਕਾਂ ਨੂੰ ਪਤਾ ਲੱਗ ਹੀ ਜਾਂਦਾ ਚਲ ਠੀਕ ਆ ਚਲੋ ਤਾਂ ਕੋਈ ਗੱਲ ਨਹੀਂ ਚਲ ਜਿੱਦੇ ਗਿਆ ਦੱਸ ਕੇ ਜਾਈ ਹੁਣ ਚੋਰ ਕੋ ਨਾ ਭੱਜੀ ਕਿਤੇ ਤਾਂ ਨਾ ਦੱਸ ਕੇ ਜਾਵਾਂਗਾ ਆਹੋ ਮੁੜ ਕੇ ਕਹਿੰਦੇ ਬਾਬੇ ਨੇ ਕਿਹਾ ਸੀ ਦੱਸਣਾ ਨਹੀਂਗਾ ਨਾ ਨਾ ਪਾਠ ਕਰਾ ਕੇ ਜਾਵਾਂਗੇ ਚਲ ਠੀਕ ਹੈ ਚੰਗੀ ਗੱਲ ਆ ਚਲੋ ਠੀਕ ਆ ਭਾਈ ਫਿਰ ਧੰਨਵਾਦ ਤੁਹਾਡਾ ਦੇਖ ਲੈ ਲੋਕਾਂ ਨੂੰ ਮਿੰਟਾਂ 'ਚ ਪਤਾ ਲੱਗ ਜਾਂਦਾ मैं अजे तक कि कल आऊगा मेरा कड़ा बेबे लगी जाता जी लगता है फोन की जा गया
हाँ रीत का फोन। हाँ पुत। हेलो। हाँ पुत कि मैं पहुंच गई। हाँ हाँ बेबे। चलो बढ़िया हो गया। होर ठीक ठाक है पुत्तो। हाँ बेबे ठीक है। तू दस ठीक है? हाँ हाँ ठीक है। ते होर फिर हूँ कमरा कुमरा मिलिया? हाँ बेबे घर तो मेनू मिल गया। अच्छा ते की रेट रूट के रेंट की है उधर? बेबे $500 दा। फिर तो सस्ता ही मिल गया। आहो सस्ता मिल गया। अपने वाला 40,000 रुपया इधर। हाय सच्ची? होर बेबे चल कोई ना तू टेंशन ना लिया कर टाइम ना रोटी पानी खा लिया कर। हुण मैं पहुंच भी गई मेनू घर भी मिल गया सारा कुछ सेट आ ते 2-4 दिन च काम भी मिल जूगा। चल ठीक है पुत्त तू भी टाइम ना रोटी खा लिया करी। कोई ना बेबे टाइम ना रोटी खा लिया करूं मैं। पता ही है मेनू तेरा इत्थे मैं किन्ने बारी कही ता खांदी सी आई तुरी फिरदी मैं पढ़ ला मैं पढ़ ला ते टाइम ना खा लिया करी पुत्त रोटी। कोई गल नी बेबे ते बाकी मैं चन्नी नू भी फोन करूंगी ओ तेरे कोल आंदे जांदे रहणगे। सोच ना करी किसे गल दी भी ठीक है? ठीक है पुत्त चंगा। हां चल ठीक है बेबे चंगा पुत्त ओके। शुक्र है पहुंचता गई वधिया। कमरा भी मिल गया ए भी फिक्र मुक गई। कम दा तो मैं पुछया ही नहीं ओ दिमाग मेरा। चलो फिर फोन आऊगा उदो पुछूंगी। चन्नी नू फोन लाउनी आ। हेलो। हेलो हाउ आर यू? हां चन्नी किवें आ? मैं ठीक है। फोन नहीं करा। मम्मी ठीक है? मम्मी तो ठीक है। मैं फोन नहीं लाया रात। यार फोन दा की दसा मेरा तो ना बस दिमाग खराब होया पिया। की गल होगी? होना की आ इत्थे तो बहुत ज्यादा बेरोजगारी आ बहुत लोकां नाल धक्का हुंदा पिया। हले तक मैनू काम नहीं मिलिया उत्तों घर दा रेंट खाण पीण दा खर्चा तू आप ही सोच लै किन्ने खर्चे ने। ਇਹ ਤਾਂ ਹੈ ਫਰਕ ਤਾਂ ਬੜੇ ਦਾ। ਤੂੰ ਐਵੇਂ ਕਰ ਚੰਨੀ ਥੋੜੇ ਪੈਸੇ ਪਾ ਦੇ ਮੈਨੂੰ ਨਹੀਂ ਤਾਂ ਬਹੁਤ ਔਖਾ ਹੋ ਜਾਣਾ। ਯਾਰ ਮੇਰਾ ਤਾਂ ਦਿਲ ਕਰਦਾ ਨਾ ਇੱਥੇ ਕੁਛ ਖਾ ਖੁ ਕੇ ਮਰ ਜਾ। ਕੁਛ ਨਹੀਂ ਸਮਝ ਆਉਂਦੀ ਵੀ ਕੀ ਕਰਾਂ ਕੀ ਨਾ ਕਰਾਂ। ਨਾ ਜੀ ਤਾਂ ਇਹੋ ਜਿਹਾ ਕੰਮ ਨਹੀਂ ਕਰਨਾ। ਤੈਨੂੰ ਕਿੰਨੇ ਪੈਸਿਆਂ ਦੀ ਲੋੜ ਆ ਮੈਨੂੰ ਦੱਸੀ। ਕੋਈ ਗੱਲ ਨਹੀਂ ਜਦੋਂ ਕੰਮ ਮਿਲਿਆ ਆਪਾਂ ਲਾ ਦਾਂਗੇ। ਉਹ ਫਿਰ ਕੀ ਹੋ ਗਿਆ? ਮੇਰੇ ਕੋਲ ਕਿੱਲਾ ਬਾਕੀ ਪਿਆ ਉਹ ਵੇਚ ਕੇ ਨਾ ਤੈਨੂੰ ਪੈਸੇ ਭੇਜ ਦੂੰਗਾ। ਉਹ ਤਾਂ ਠੀਕ ਹੈ। ਚੱਲ ਫਿਰ ਤੂੰ ਐਂ ਕਰੀ ਤੂੰ ਪਾ ਦੇ ਖਾਤੇ 'ਚ ਪੈਸੇ ਨਾਲੇ ਮੈਂ ਰੈਂਟ ਭਰ ਦੂੰਗੀ ਨਾਲੇ ਥੋੜ੍ਹਾ ਬਹੁਤਾ ਸੌਦਾ ਲੈ ਆਉਂਗੀ। ਲੈ ਆਪਾਂ ਇੱਕ ਦੂਜੇ ਦੇ ਕੰਮ ਨਾ ਆਵਾਂਗੇ ਹੋਰ। ਉਹ ਜਦੋਂ ਤੂੰ ਕੰਮ ਮਿਲ ਗਿਆ ਤੈਨੂੰ ਕਮਾ ਕੇ ਭੇਜ ਦੀ ਬਹੁਤ ਬਣ ਜੂ ਜ਼ਮੀਨ 'ਤੇ ਉਹੀ ਨਾ। ਚੱਲ ਠੀਕ ਆ ਉਹੀ ਨਾ ਫਿਕਰ ਕਰੀ ਜਾ। ਚੱਲ ਠੀਕ ਆ ਚੰਗਾ ਬਾਏ। ਚੰਨੀ ਕੀ ਗੱਲ ਹੋ ਗਈ ਪੁੱਤ? ਉਹ ਮਾਂ ਰੀਤ ਦਾ ਫੋਨ ਆਇਆ ਸੀ ਉਹਨੂੰ ਕੰਮ ਨਹੀਂ ਮਿਲ ਰਿਹਾ 5 ਮਹੀਨੇ ਹੋ ਗਏ ਅਤੇ ਨਾ ਕਹਿੰਦੇ ਘਰ ਦਾ ਖਰਚਾ ਪਈ ਜਾਂਦਾ ਨਾਲੇ ਕਾਲਜ ਦੀ ਐਡਮਿਸ਼ਨ ਦੀ ਫੀਸ ਸਾਰਾ ਬਹੁਤ ਕਿਹੜੇ ਪੈਸੇ ਸਾਰੇ ਖਰਚ ਹੋ ਗਏ ਅਤੇ ਉਹ ਕਹਿੰਦੇ ਪੈਸੇ ਭੇਜ ਮੈਨੂੰ ਹੋਰ। ਪੁੱਤ ਫਿਰ ਕੋਈ ਨਾ ਕੋਈ ਹੱਲ ਤਾਂ ਕਰਨਾ ਹੀ ਪਊ ਆਪਾਂ ਨੂੰ ਐਂ ਕਿਵੇਂ ਸਰੂਗਾ। ਅਤੇ ਮਾਂ ਉੱਥੇ ਕਹਿੰਦਾ ਪੰਜਾਬੀ ਵਾਲੇ ਫਿਰਦੇ ਆ ਕੰਮ ਹੈ ਹੀ ਨਹੀਂ ਜਿਹੜੀਆਂ ਫੈਕਟਰੀਆਂ ਪਹਿਲਾਂ ਲੱਗੀਆਂ ਹੋਈਆਂ ਸੀ ਉਹੀ ਆ ਵਧੀਆ ਨਵੀਂ ਹੈ ਹੀ ਨਹੀਂ ਕੋਈ। ਉਹਦਾ ਦੱਸ ਫਿਰ ਹੁਣ ਪੁੱਤ ਮੈਂ ਤਾਂ ਕਹਿੰਦੀ ਹਾਂ ਫਿਰ ਜਿਵੇਂ ਉਹ ਕਹਿੰਦੀ ਆ ਕਰਦੇ ਪੈਸੇ ਭੇਜਣਾ ਕੋਈ ਹੱਲ ਤਾਂ ਕਰਨਾ ਹੀ ਪਊਗਾ। ਕੰਮ ਤੇ ਮਿਲ ਜੂ ਜੇ ਮਿਲ ਗਿਆ ਕੰਮ ਨਾ 1 ਮਹੀਨੇ 'ਚ ਪੈਸੇ ਲੈ ਜਾਣਗੇ। ਚੱਲ ਜਿਵੇਂ ਤੂੰ ਕਹਿੰਦਾ ਫਿਰ ਉਵੇਂ ਸਹੀ। ਹੋਰ ਕੀ ਆ ਮੈਂ ਹੁਣ ਫਿਰ ਆ ਜਿਹੜਾ ਕਿੱਲਾ ਜ਼ਮੀਨ ਦਾ ਆਪਾਂ ਵੇਚਣਾ ਪਊਗਾ ਨਾ ਆਪਾਂ ਨੂੰ। ਵੇਚਣਾ ਤਾਂ ਪਊਗਾ ਮਾਂ ਹੁਣ ਮਜਬੂਰੀ 'ਚ ਆ ਜੇ ਉਹਨੂੰ ਛੱਡਦੇ ਆ ਤਾਂ ਵੀ ਮਰਦੇ ਆ ਜੇ ਨਾ ਉਹ ਕਰਦੇ ਤਾਂ ਵੀ ਮਰਦੇ ਦੋਨੇ ਪਾਸੇ ਜਾਵਾਂਗੇ ਜੇ ਨਾ ਭੇਜੇ ਤਾਂ ਵੀ ਮਰਦੇ ਆ। ਨਹੀਂ ਪੁੱਤ ਕੋਈ ਨਾ ਆਉਣ ਵਾਲੇ ਟਾਈਮ 'ਚ ਜਦੋਂ ਤੂੰ ਵੀ ਵੱਧ ਗਿਆ ਉੱਥੇ ਉਹ ਵੀ ਗਈ ਹੋਈ ਆ ਚੱਲ ਰਲ ਮਿਲ ਕੇ ਆਪਾਂ ਕਰਜ਼ਾ ਉਤਾਰ ਦਾਂਗੇ ਕੀ ਖਾਸ ਗੱਲ ਹੈਗੀ। ਮਾਂ ਮੇਰਾ ਜਾਨ ਨੂੰ ਜੀ ਨਹੀਂ ਕਰਦਾ ਪਿਆ ਇਹ ਜਿਹੇ ਹਾਲਾਤ ਤੁਸੀਂ ਇਹਦੇ ਵੀ ਕੰਮ ਨਹੀਂ 5 ਮਹੀਨੇ ਹੋ ਗਏ ਮਿਲਿਆ ਉਹ ਇੱਥੇ ਰੋਟੀ ਤਾਂ ਖਾ ਲੈਂਦੇ ਆਪਾਂ। ਆਹੋ ਉਹ ਤਾਂ ਠੀਕ ਆ ਪੁੱਤ ਆਪਾਂ ਤਾਂ ਇੰਨੇ ਇੰਨੇ ਵੱਡੇ ਸੁਪਨੇ ਸਜਾਏ ਹੋਏ ਦੋਨਾਂ ਦੇ ਮਾਂ ਪੁੱਤਾਂ ਦੇ ਤੂੰ ਆਪ ਹੀ ਦੇਖ ਲਾ। ਜਦ ਲੇਡੀਜ਼ ਨੂੰ ਲੈਣਾ ਕੰਮ ਔਖਾ ਉਹ ਬੰਦਾ ਦਾ ਜੋ ਗੁਲਾਬੀ ਲਿਆ ਗੁਲਾ ਦਾ ਮੈਨੂੰ ਤੇਰੇ ਕੋਲ ਮਰਜ਼ੀ ਕਰ ਸਕਦਾ ਮੈਂ ਰਿਪੇਅਰ ਦਾ ਕੰਮ ਕਰਦਾ ਮੈਨੂੰ ਤੇ 100 ਕੰਮ ਆਉਂਦਾ। ਫਿਰ ਤੂੰ ਕੋਈ ਹੱਲ ਕਰ ਬਈ ਐ ਨਹੀਂ ਹੱਥ ਦੇ ਹੱਥ ਮਾਰਕੀ ਕੋਲ ਜਾਣਾ ਫਿਰ ਮੈਂ ਜਾ ਆ। ਹੋਰ ਹੁਣ ਇਹ ਤਾਂ ਕਰਨਾ ਹੀ ਪਊਗਾ ਪੁੱਤ ਜੇ ਆਪਾਂ ਨਾ ਕਰਾਂਗੇ ਹੋਰ ਕੌਣ ਕਰੂਗਾ ਉਹ ਵੀ ਆਪਣੇ ਸਿਰ ਤੇ ਗਈ ਹੈਗੀ। ਹਾਂ ਹੈ ਹਾਂ ਜੇ ਧੋਖਾ ਦੇਣਾ ਹੁੰਦਾ ਉਹਨੂੰ ਤਾਂ ਆਪਾਂ ਨੂੰ ਜਵਾਬ ਦੇ ਉਹ ਤਾਂ ਪੁੱਤ ਐ ਹੀ ਜੀ ਤਾਂ ਕੋਈ ਗੱਲ ਲੱਗਦੀ ਨਹੀਂ ਹੈਗੀ ਮੈਨੂੰ। ਤੂੰ ਆਪ ਹੀ ਸਮਝ। ਹਾਂ ਜਾ ਚੱਲ ਕੋਈ ਨਹੀਂ ਚੱਲ ਮੈਂ ਤਾਂ ਕਹਿੰਦੀ ਛੇਤੀ ਛੇਤੀ ਕੋਈ ਰੁਪਈਆਂ ਦਾ ਹੱਲ ਹੋ ਜੇ ਉਹ ਵੀ ਜਿਹੜੀ ਔਖੀ ਹੋਈ ਬੈਠੀ ਆ ਉਧਰ ਸੌਖੀ ਹੋ ਜੇ ਨਾਲੇ ਸਾਡਾ ਫਿਕਰ ਮੁੱਕੇ।
ਤੁਸੀਂ ਪੰਜਾਬ ਤੋਂ? ਹਾਂ ਜੀ, ਤੁਸੀਂ ਵੀ ਪੰਜਾਬੀ ਹੋ? ਲੈ ਇਹ ਤਾਂ ਬਣ ਗਈ ਗੱਲ। ਕੀ ਮਤਲਬ? ਓ ਸੌਰੀ, ਮਤਲਬ ਲੋਕਲ ਤੁਸੀਂ ਕਿੱਥੋਂ ਹੋਗੇ? ਤੁਹਾਨੂੰ ਕੀ ਆ? ਮੈਂ ਤਾਂ ਕੰਮ ਕਰ ਰਹੀ ਹਾਂ। ਤੈਨੂੰ ਨਾਲੇ ਨਹੀਂ ਪਤਾ ਹੈਗਾ ਬਾਹਰਲੇ ਦੇਸ਼ ਇੱਕ ਪੰਜਾਬੀ ਦੇ ਕੰਮ ਆਉਂਦਾ ਹੈਗਾ। ਤੁਸੀਂ ਸਾਈਡ 'ਤੇ ਬੈਠੇ ਸੀ, ਮੈਂ ਤਾਂ ਬਹਿ ਗਿਆ। ਮੈਂ ਲੈ ਲੱਗ ਲੱਗੂ ਪੰਜਾਬੀ ਰਿਹਾ ਆਪਣਾ। ਹਾਂ ਹੈਗੀ ਤਾਂ ਮੈਂ ਪੰਜਾਬ ਤੋਂ ਹਾਂ, ਬਸ ਥੋੜ੍ਹੀ ਟੈਨਸ਼ਨ ਸੀਗੀ। ਟੈਨਸ਼ਨ? ਦੱਸੋ ਕੀ ਗੱਲ ਆ, ਜੇ ਹੋ ਸਕਿਆ ਮੇਰੇ ਕੋਲ ਹੱਲ ਕਰਨਾ। ਫਿਰ ਮੈਨੂੰ ਨਾ ਕੰਮ ਨਹੀਂ ਮਿਲ ਰਿਹਾ, ਡੇਢ ਮਹੀਨਾ ਹੋ ਗਿਆ ਮੈਨੂੰ ਇੱਥੇ ਆਏ, ਘਰ ਦਾ ਰੈਂਟ ਵੀ ਪੂਰਾ ਨਹੀਂ ਹੋ ਰਿਹਾ। ਸਮਝ ਨਹੀਂ ਆਉਂਦੀ ਵੀ ਕੀ ਕਰਾਂ, ਕੀ ਕਰੇ ਜਵਾਬ ਦੇਵਾਂ। ਨਵੇਂ ਨਵੇਂ ਆਏ ਹਾਂ? ਨਵੇਂ ਹੁੰਦਾ ਹੈ, ਨਵਾਂ ਨਵਾਂ ਕਰੇ ਇੱਥੇ ਐਡਜਸਟਮੈਂਟ ਕਰਨੀ ਬਹੁਤ ਔਖੀ ਹੈ, ਬਾਕੀ ਸਿੰਗਲ ਬੰਦੇ ਨੂੰ ਤਾਂ ਹੋਰ ਵੀ ਔਖਾ ਗਾ। ਚਲੋ ਬਾਕੀ ਕੰਮ ਦੀ ਟੈਨਸ਼ਨ ਨਾ ਲਓ, ਕੰਮ ਵਾਲਾ ਤੁਹਾਡਾ ਮਸਲਾ ਮੈਂ ਹੱਲ ਕਰ ਦੂੰਗਾ। ਮੇਰੇ ਹੱਥ 'ਚ ਕਰਦਾ ਕੰਮ ਹੈਗਾ, ਮੈਂ ਸਭ ਕੰਮ ਦਵਾ ਦੂੰਗਾ। ਸੱਚੀ? ਹਾਂ ਚਲੋ ਠੀਕ ਆ, ਕਹਿੰਦੇ ਆ ਨਾ ਪੰਜਾਬੀ ਪੰਜਾਬੀ ਦੇ ਕੰਮ ਹੀ ਆਉਂਦਾ। ਹਾਂ ਫਿਰ ਇਹ ਤਾਂ ਬਹੁਤ ਖੁਸ਼ੀ ਦੀ ਗੱਲ ਆ। ਵੈਸੇ ਇੱਕ ਗੱਲ ਹੈ, ਬੇਸਮੈਂਟ ਦਾ ਖਰਚਾ ਅਤੇ ਹੋਰ ਆਪਣਾ ਰਹਿਣ ਸਹਿਣ ਦਾ ਖਰਚਾ, ਕੱਪੜਾ ਲੀੜਾ, ਖਰਚ ਤਾਂ ਫਿਰ ਬਹੁਤ ਹੋ ਜਾਂਦਾ, ਬੱਚਿਆਂ ਬੁੱਝਦਾ ਵੀ ਕੁਛ ਨਹੀਂ ਇੱਥੇ। ਬਸ ਮੇਰੀ ਵੀ ਨਾ ਮਜਬੂਰੀ ਸੀਗੀ, ਜਿਹਨਾਂ ਨਾਲ ਮੇਰਾ ਵਿਆਹ ਹੋਇਆ ਉਹਨਾਂ ਨੂੰ ਤਾਂ ਸੁਪਨਾ ਸੀਗਾ ਵੀ ਮੈਂ ਬਸ ਬਾਹਰ ਜਾਵਾਂ ਅਤੇ ਉਹਨਾਂ ਨੂੰ ਵੀ ਉੱਥੇ ਬੁਲਾ ਲਾਂ। ਮੈਨੂੰ ਇਹ ਨਹੀਂ ਪਤਾ ਸੀ ਵੀ ਇੱਥੇ ਇੰਨਾ ਬੁਰਾ ਹਾਲ ਆ। ਉਹ ਤਾਂ ਤੁਸੀਂ ਇੱਕ ਮਜ਼ਬੂਰੀ 'ਚ ਕਰਵਾਇਆ ਹੋਣਾ, ਵੈਸੇ ਤੁਸੀਂ ਤਾਂ ਨਹੀਂ ਚਾਹੁੰਦੇ ਤਾਂ ਨਹੀਂ ਇਹਨੂੰ ਘਰ ਨੂੰ ਆਉਂਦੇ ਨੂੰ? ਨਹੀਂ ਐਵੇਂ ਦੀ ਤਾਂ ਕੋਈ ਗੱਲ ਨਹੀਂ, ਵੀ ਮੈਂ ਨਾ ਚਾਹੁੰਦੀ ਹੋਵਾਂ, ਵਿਆਹ ਤਾਂ ਮੈਂ ਆਪਣੀ ਮਰਜ਼ੀ ਨਾਲ ਹੀ ਕਰਵਾਇਆ। ਦੇਖੋ ਤੁਸੀਂ ਇਹ ਤਾਂ ਮਨ ਬਣਾ ਲਓ, ਠੀਕ ਹੈ, ਕਿਹੜੀ ਕੰਪਨੀ 'ਚ ਮੈਂ ਤੁਹਾਨੂੰ ਕੰਮ ਦਵਾਊਂਗਾ, ਬੇਸਮੈਂਟ ਦਾ ਖਰਚਾ, ਰਹਿਣ ਸਹਿਣ ਅਤੇ ਖਾਣ ਪੀਣ ਸਾਰਾ ਵਿੱਚ ਹੀ ਕਰਵਾ ਦੂੰਗਾ। ਤੁਸੀਂ ਚਾਹੁੰਦੇ ਕੀ ਹੋ, ਸਿੱਧਾ ਸਿੱਧਾ ਦੱਸੋ। ਚਲੋ ਤੈਨੂੰ ਸਿੱਧੀ ਗੱਲ ਹੀ ਦੱਸ ਦਿੰਦਾ, ਅਸਲ 'ਚ ਗੱਲ ਇਹ ਆ, ਤੁਸੀਂ ਮੇਰੇ ਨਾਲ ਜੇ ਵਿਆਹ ਕਰਵਾ ਲਓਗੇ ਆਪਾਂ ਨਾਲੇ ਦੋਹਾਂ ਦਾ ਐਡਜਸਟਮੈਂਟ ਹੋ ਜਾਣਾ, ਆਪਣਾ ਖਰਚਾ ਉਦੋਂ ਉੱਧਰ ਇਕੱਠੇ ਆਪਾਂ ਕੰਮ ਕਰਾਂਗੇ, ਤੁਸੀਂ ਵੀ ਖੁਸ਼ ਮੈਂ ਵੀ ਖੁਸ਼, ਹੋਰ ਕੀ ਚਾਹੀਦਾ। ਪਰ ਮੈਂ ਤਾਂ ਪਹਿਲੀ ਵੀ ਆਈ ਹੋਈ ਹਾਂ। ਉਹ ਯਾਰ ਪੰਜਾਬ 'ਚ ਚੱਲਦਾ ਸਭ ਕੁਛ, ਉਹ ਤਾਂ ਕਹਿਣ ਦਾ ਵਿਆਹ ਗਾ, ਅਸਲ ਵਿਆਹ ਤਾਂ ਤੁਹਾਡਾ ਇੱਥੇ ਹੋਣਾ ਗਾ। ਇੰਨਾ ਸੋਚਣ ਦੀ ਲੋੜ ਨਹੀਂ, ਪੈਸੇ ਦਿੱਤੇ ਅਗਲੇ ਨੂੰ, ਠੀਕ ਹੈ, ਇੱਥੇ 6 ਮਹੀਨੇ ਕੰਮ ਕਰ, ਅਗਲੇ ਨੂੰ ਪੈਸੇ ਸਾਵੇਂ ਵਾਪਸ ਕਰ, ਤੈਨੂੰ ਕੀ ਲੋੜ ਹੈ ਮੇਰੇ ਸਿਰ ਦੱਸਣ ਦੀ। ਨਾਲੇ ਇੱਥੇ ਚੱਲਦਾ ਸਭ ਕੁਛ ਇਹੋ ਜਿਹਾ, ਐਡੀ ਟੈਨਸ਼ਨ ਨਹੀਂ ਰਹਿੰਦੀ ਹੁੰਦੀ, ਕਿੰਨੀ ਤੋੜ ਲਈ ਬੈਠੀ ਹਾਂ। ਚਲ ਠੀਕ ਹੈ, ਨਹੀਂ ਨਹੀਂ ਮੈਂ ਨਾ ਐਵੇਂ ਨਹੀਂ ਕਰ ਸਕਦੀ, ਉਹ ਨਾ ਬਹੁਤ ਚੰਗਾ ਪਰਿਵਾਰ ਆ, ਮੈਂ ਉਹਨਾਂ ਨੂੰ ਧੋਖਾ ਨਹੀਂ ਦੇ ਸਕਦੀ। ਇਹ 'ਚ ਧੋਖਾ ਦੇਣ ਵਾਲੀ ਕੀ ਗੱਲ ਆ ਗਈ, ਤੂੰ ਅਗਲੇ ਤੋਂ ਪੈਸੇ ਲੈਤੇ, ਠੀਕ ਆ, ਪੈਸੇ ਵਾਪਸ ਕਰ ਦੀ, ਨਾਲੇ ਜੇ ਤੈਨੂੰ ਕੋਈ ਕੰਮ ਹੈ ਮੇਰਾ ਨੰਬਰ ਲੈ ਲੈ ਇੱਕ ਵਾਰ। ਚਲੋ ਮੈਂ ਤੈਨੂੰ ਸੋਚ ਕੇ ਦੱਸ ਦੂੰਗੀ। ਸੋਚਣਾ ਕੀ ਆ, ਇਹੋ ਜਿਹੇ ਕੰਮਾਂ 'ਚ ਸੋਚਦੇ ਨਹੀਂ ਹੁੰਦੇ। ਹਲੋ, ਮੇਰਾ ਪਰਸਨਲ ਫੋਨ ਨੰਬਰ ਆ, ਜਦੋਂ ਚਾਹੇ ਮਰਜ਼ੀ ਫੋਨ ਕਰ ਲਿਓ। ਚਲੋ ਇੱਕ ਵਾਰੀ ਤੁਸੀਂ ਇਹਦਾ ਮਨ ਬਣਾ ਲਿਓ, ਜਿਵੇਂ ਵੀ ਹੋਵੇ ਮੈਨੂੰ ਦੱਸ ਦਿਓ, ਠੀਕ ਆ, ਵੈਸੇ ਸੋਚਣ ਵਾਲੀ ਐਡੀ ਕੋਈ ਗੱਲ ਨਹੀਂ ਹੈਗੀ, ਮੈਂ ਦੱਸ ਦੂੰਗੀ। ਹਾਂ ਪੁੱਤਰ ਦੱਸ ਕੀ ਗੱਲ ਹੈ। ਬੇਬੇ ਗੱਲ ਕੀ ਹੋਣੀ ਆ, ਤੈਨੂੰ ਪਤਾ ਹੀ ਆ, ਹੁਣ 7-8 ਮਹੀਨੇ ਹੋ ਗਏ ਮੈਂ ਇੱਥੇ ਵਿਹਲੀ ਬੈਠੀ ਹਾਂ, ਅਤੇ ਚੰਨੀ ਹੋਣਾ ਕੋਲ ਵੀ ਜਿਹੜੀ ਜ਼ਮੀਨ ਸੀ ਉਹ ਵੀ ਸਾਰੀ ਵਿਕ ਗਈ, ਦੁਕਾਨ ਜੀ ਸੀ ਉਹ ਵਿਕ ਗਈ, ਨਾ ਹੀ ਉਹ ਹੁਣ ਕੋਈ ਕੰਮ ਕਾਰ ਕਰਦਾ। ਹੁਣ ਤੂੰ ਆਪ ਹੀ ਸੋਚ ਬੇਬੇ, ਹੁਣ ਇੱਥੇ ਮੇਰਾ ਖਰਚਾ ਕਿਵੇਂ ਪੂਰਾ ਹੋਊਗਾ। ਅਤੇ ਫਿਰ ਹੁਣ ਕਿਵੇਂ ਕਰਨਾ? ਕਰਨਾ ਕੀ ਹੈ ਬੇਬੇ, ਇੱਥੇ ਇੱਕ ਮੁੰਡਾ ਹੈਗਾ ਤਾਂ ਪੰਜਾਬ ਦਾ ਹੀ ਆ, ਸਿਆਣਾ ਹੈ ਮੁੰਡਾ। ਅੱਛਾ। ਉਹ ਕਹਿੰਦਾ ਵੀ ਤੂੰ ਮੇਰੇ ਨਾਲ ਵਿਆਹ ਕਰਵਾ ਲਾ, ਵੀ ਵਧੀਆ ਟਾਈਮ ਪਾਸ ਹੋਈ ਜਾਊਗਾ, ਨਾਲੇ ਕੰਮ ਕਰੀ ਜਾਵਾਂਗੇ, ਰੈਂਟ ਰੁੰਟ ਘਰ ਦਾ ਸਾਰਾ ਕੁਛ ਨਿਕਲ ਜਾ ਕਰੂ, ਫਿਰ ਤਾਂ ਭਾਵੇਂ 4 ਪੈਸੇ ਮੈਂ ਤੈਨੂੰ ਭੇਜ ਦਿਆ ਕਰਾਂ ਜੁੜ ਜਾਣਗੇ, ਨਹੀਂ ਤਾਂ ਬੁਰਾ ਹਾਲ ਹੀ ਹੈ ਬੇਬੇ, ਇੱਥੇ ਤਾਂ ਮਰਨ ਵਾਲਾ ਕੰਮ ਆ। ਤੇ ਜਿਹੜੇ ਆਪਾਂ ਚੰਨੀ ਹੋਰਾਂ ਤੋਂ ਪੈਸੇ ਲਏ ਨੇ ਪੁੱਤ, ਉਹ ਬੇਬੇ ਉਹ ਤਾਂ ਕੰਮ ਕਰਕੇ ਸਾਰੇ ਤਾਰ ਦਾਂਗੇ, ਆਪਾਂ ਇੰਨੀ ਵੀ ਠੱਗੀ ਨਹੀਂ ਕਰਦੇ, ਨਾਲੇ ਮੇਰੇ ਮਨ 'ਚ ਕਿਹੜਾ ਕੋਈ ਇਹੋ ਜਿਹੀ ਬੇਈਮਾਨੀ ਹੈਗੀ ਸੀ, ਹੁਣ ਮੈਂ ਤਾਂ ਜਮਾਂ ਮਜਬੂਰ ਹਾਂ, ਮੈਂ ਕੁਛ ਨਹੀਂ ਕਰ ਸਕਦੀ। ਓਏ ਜਵਾਨ ਦੀ ਪੁੱਤ ਕੋਈ ਗੱਲ ਹੁੰਦੀ ਹੈ, ਜਵਾਨ ਅਗਲਾ ਕੋਈ ਇਹੋ ਜਿਹੀ ਜਵਾਨ ਹੈ ਇਹਨਾਂ ਦੀ। ਬੇਬੇ ਹੁਣ ਤੂੰ ਹੀ ਦੱਸ ਦੇ ਮੈਂ ਕੀ ਕਰਾਂ, ਮੈਂ ਤਾਂ ਫਸੀ ਪਈ ਹਾਂ, ਜਦੋਂ ਮੈਨੂੰ ਕੰਮ ਹੀ ਨਹੀਂ ਮਿਲਦਾ, ਇੱਥੇ ਵਿਹਲੀ ਵੇਖ ਕੇ ਮੈਨੂੰ ਕੌਣ ਰੋਟੀਆਂ ਦਊਗਾ, ਤੂੰ ਆਪ ਸੋਚ। ਉਹ ਤਾਂ ਠੀਕ ਹੈ, ਮੈਨੂੰ ਫੋਨ ਕਰਕੇ ਕਹਿਣਗੇ ਵੀ ਕੀ ਗੱਲਬਾਤ ਹੈ ਦੱਸੋ, ਤੇ ਫਿਰ ਮੈਂ ਕੀ ਜਵਾਬ ਦੇਵਾਂ, ਤੂੰ ਹੀ ਦੱਸ ਮੈਨੂੰ ਤਾਂ। ਬੇਬੇ ਆਪਾਂ ਉਹਨਾਂ ਦੇ ਪੈਸੇ ਮੋੜ ਦਾਂਗੇ, ਤੂੰ ਬੇਸੋਚ ਹੋ ਜਾ ਬਸ, ਇੱਕ ਵਾਰੀ ਮੈਨੂੰ ਕੰਮ ਮਿਲਣ ਦੀ ਦੇਰ ਆ, ਮੈਂ ਦਿਨ ਰਾਤ ਮਿਹਨਤ ਕਰਕੇ ਉਹਨਾਂ ਦੇ ਪੈਸੇ ਆਪੇ ਤਾਰ ਦੂੰ ਸਾਰੇ ਜਿਹੜੇ ਲਾਏ ਉਹਨਾਂ ਨੇ ਮੇਰੇ ਤੇ। ਉਹ ਕਹਿੰਦਾ ਮੁੰਡਾ ਵੀ ਮੈਂ ਹਾਂ ਸਾਰਾ ਕੁਛ ਕਰ ਦੂੰ ਤੇਰਾ,
बेबे कोई ना हौली हौली मैं तेन इथे बुला लूंगी एक बार माड़ी जी सेटिंग आ जाते हां बस कर ला फिर और की और तो कोई बाह नहीं बेबे मेरा केड़ा रोज रोज ब्याह कराने जी करदा चल जी मैं तेन ठीक लगता पुत ठीक चंगा बेबे ऐ जी क्यों बैठा है अच्छा तो सही की गल है वे चन्नी चन्नी पुत की गल है दास दे बैठा है कुछ नहीं मां बस तू तो ही नहीं बैठा होता टिके जे आ लुके जे बैठा है मैं तो उठो देखा चौतरे तो तेन दस की गल है मां तेन की दस दस दे पुत जे मेनू ना दसेगा और किनू दसेगा मां मजबूरियां ने घेर लिया मजबूरियां ने घेर लिया अरे जी की मजबूरी पैगी तेरे ते मजबूरी मां आए हैं मतलब जमीन बेच के पैसे भी देते जे हां दो तीन महीने उन्हें फिर कट ले से फिर उत्ते काम नहीं मिले अच्छा फिर एक पंजाबी मुंडा मिले उन्हें वो कहना तेन मैं काम दबा दूंगा मेरे ना विह करा पो रीत नू कहेगा हाँ पर मैं पी आर हाँ भी फिर फिर की रीत ने मजबूरी ने उन्हें विह करा लिया हाय मैं मर जा ते वो कहने तेरे मैं पैसे वापस कर दूंगी बे अपनिया तो सारिया आसा ते पानी फेर की ओ आसा की मां कदी मेरी मजबूरी है जे वापस आने ता ही मरदी है पुत ऐ जी के जी मजबूरी होगी और दो महीने हो कर लेंदी दस कदे ता उनू काम मिलदा मां पर के जदी नहीं रहे मुम्मा मर जा अपने तो सारे पिंड च बाहर जाने दी होई पई सी गल आ पता किते मुंह दिखाण जोग रे भी नहीं कोई गल पैसे फिर भी कमा लेंगे दोनों जी इत कम कर लाए कहीं नहीं मैं वापस नहीं आती पर कुछ बन के आऊंगी वो कहते तेन बाद तलाक दे दूंगी मैं भी बाद तेरे नाल आके विआह करा लूं पुत पहला है थोड़े पुत है किवें हुंदियां गल्लां क्यों देऊगा तलाक ये तो कहण दीआं गल्लां ने पुत आपां तां जमी मारी गए वो कहते तेरे सारे पैसे वापस कर दूंगी दस हुण की करिए पुत हुण मां की करना पुत तेरा ताया भी इक अद्धे दिन नूं आ ही लै पुछदा सीगा मैनूं भी हुण की जवाब देवांगे मैनूं की पता जी जे आए हो एक बारी ओदी मां नाल तां गल कर लैंदे आपां मां ओदे नाल की गल करांगे पर हां गल तां करनी पऊगी ओदे नाल वी साडे पैसे वापस कराई जां ते उदों तुसीं वाले मिठियां मारदे सी चल चल कही चल पुत वो बाग भी ना जावे ना ना चल देर का दी चल हुनी चल हां ठीक है चल आ चली हां उना गल करे ओ कल्ली भज्जे ओनु बुला ले ता पा इथे रह जे कोई भरोसा नहीं हैगा हुन ता हुन नहीं यकीन करदे आपा मां बीबी हां पुत सत श्री अकाल हो ठीक हो हां सत श्री अकाल अमन जड़ौनिया कौन आउंदा चार दिन हो गए फोन नहीं आया जमा भी रीत का फोन नहीं आया मेरे को धोखा करने वाले बंदे लगते ही थोन चक करिए सानू ता इन उम्मीदा सी ओ ते हुण दस की करिए
ਸਾਡਾ ਫੋਨ ਹੀ ਨਹੀਂ ਚੱਕਦੀ ਜੇ ਚੱਕੂਗੀ ਮੂਹਰੋਂ ਕੱਟ ਦਿੰਦੀ ਹੈ ਲੈ ਦੱਸੋ ਕੀ ਕਰੀਏ ਗੱਲ ਤਾਂ ਕਰ ਸਕਦੇ ਹੋ ਮਾੜੇ ਮੋਟੇ ਮੈਂ ਤਾਂ ਆਪ ਕਹਿੰਦੀ ਹਾਂ ਗਈ ਤਾਂ ਉਹ ਪੜ੍ਹਾਈ ਕਰਨੀ ਹੈ ਹਜੇ ਉਹਨੂੰ ਕੋਈ ਕੰਮ ਕੁੰਮ ਨਹੀਂ ਮਿਲਿਆ ਹੈਗਾ ਕਈ ਮਹੀਨੇ ਹੋ ਗਏ ਗਈ ਨੂੰ ਕੰਮ ਨਹੀਂ ਮਿਲਿਆ ਹਾਲ ਤਾਂ ਹੀ ਉਹਨੂੰ ਚੱਲ ਕੰਮ ਨਾ ਮਿਲਿਆ ਢੂਈ ਮਾਰ ਬੇਬੇ ਅਸੀਂ ਪੈਸੇ ਤਾਂ ਭਰ ਹੀ ਸਕਦੇ ਸੀ ਮਾੜਾ ਮੋਟਾ ਹੋਰ ਦੇ ਦਿੰਦੇ ਉਹਨੂੰ ਆਖਿਆ ਜੀ ਭਾਈ ਜਾਂ ਤਾਂ ਇਹ ਹੋ ਗਈ ਵੀ ਪਹਿਲਾਂ ਨਹੀਂ ਭਰੇ ਸਾਰੇ ਪੈਸੇ ਪਹਿਲਾਂ ਭਰੇ ਹੈਗੇ ਤੂੰ ਤਾਂ ਪੁੱਤ ਸਾਰਾ ਕੁਝ ਵੇਚ ਵੱਟਤਾ ਦੁਕਾਨ ਤੇਰੀ ਵਿਕ ਗਈ ਜ਼ਮੀਨ ਤੂੰ ਵੇਚਤੀ ਤੂੰ ਹੁਣ ਕਿੰਨੇ ਕੁ ਭਰੀ ਜਾਏਂਗਾ ਦੱਸ ਨੰਗ ਤਾਂ ਹੋ ਗਏ ਜਮਾ ਮਾਂ ਉਹੀ ਗੱਲ ਹੋ ਗਈ ਜੇ ਨੰਗ ਹੋ ਗਏ ਇਸ ਪਰ ਸਾਡਾ ਸਾਥ ਛੱਡਣਾ ਵੀ ਫੋਨ ਨਹੀਂ ਚੱਕਣੋਂ ਹਟ ਗਏ ਵੀ ਪਹਿਲਾਂ ਸਾ ਗਰੀਬ ਮਾਰੀ ਤੇ ਸਾਡੇ ਨਾਲ ਹੋਈ ਪਏ ਮਾੜੇ ਮੋਟੇ ਗੱਲ ਤੇ ਕਰ ਲਿਆ ਹੌਸਲਾ ਹੀ ਦੇ ਕਰੇ ਸਾਨੂੰ ਇੰਨਾ ਹੀ ਬਹੁਤਾ ਅਸੀਂ ਕਿਹੜਾ ਪੈਸੇ ਮੰਗੇ ਵੀ ਤੁਰਤ ਕਹੀ ਜਾਂਦੇ ਵੀ ਧਰ ਦੋ ਸਾਡੇ ਪੈਸੇ ਪੁੱਤ ਇਹ ਤਾਂ ਮੈਂ ਵੀ ਸਹਿਮਤ ਹਾਂ ਤੁਹਾਡੇ ਨਾਲ ਪਰ ਮੇਰੇ ਸਾਰੇ ਨੀ ਕੁਛ ਕੀ ਕਰਾਂ ਮੇਰੇ ਕੋਲ ਤਾਂ ਫੋਨ ਵੀ ਨੀ ਲੱਗਦਾ ਉਹਦਾ ਮੇਰਾ ਨਾ ਮੇਰਾ ਲੱਗਦਾ ਨਾ ਉਹ ਕਰਦੀ ਹੈ ਮਤਲਬ ਮੈਂ ਵਿਆਹ ਕਰਾ ਲਿਆ ਉੱਥੇ ਉਹਨੇ ਸਾਡੇ ਨਾਲ ਠੱਗੀ ਹੋ ਗਈ ਤਾਂ ਹੀ ਨੀ ਫੋਨ ਚੱਕਦੀ ਉਹਨੇ ਕਹਿੰਦੀ ਸੀ ਮੈਨੂੰ ਵੀ ਵਿਆਹ ਕਰਾਉਣ ਦੀ ਮੈਂ ਐਂ ਕਹਿੰਦੀ ਸੀ ਤੈਨੂੰ ਫੋਨ ਤੇ ਉਹ ਦੱਸਿਆ ਤੁਹਾਨੂੰ ਵੀ ਵਿਆਹ ਕਰਾਉਂਗੀ ਮੁੰਡੇ ਨਾਲ ਵੀ ਹੁਣ ਮੈਂ ਕੀ ਕਰਾਂ ਮੈਨੂੰ ਕੰਮ ਨੀ ਮਿਲ ਰਿਹਾ ਮੈਂ ਉਹਨਾਂ ਚਿਰ ਵੀ ਵਿਆਹ ਕਰਾ ਕੇ ਫਿਰ ਬਾਅਦ ਤੂੰ ਤਲਾਕ ਦੇ ਵਿਆਹ ਬਾਅਦ ਚ ਕਰਾਉਂਗੀ ਮੈਂ ਇਹ ਗੱਲ ਮਨਜ਼ੂਰ ਨਹੀਂ ਕੀਤੀ ਮੈਂ ਨਾ ਕਰ ਮੈਂ ਪੈਸੇ ਭੇਜ ਦੂੰਗਾ ਪੈਸੇ ਹੋਰ ਭੇਜਤੇ ਸੀ ਫਿਰ ਤਿੰਨ ਮਹੀਨੇ ਫਿਰ ਨਹੀਂ ਕੰਮ ਮਿਲਿਆ ਗੁਜ਼ਾਰਾ ਕੀਤਾ ਮੈਂ ਹੁਣ ਫਿਰ ਦੂਰੀ ਵਾਰ ਭੇਜ ਉਹ ਕਹਿੰਦੀ ਤੂੰ ਕਿੰਨਾ ਚਿਰ ਪੈਸੇ ਭੇਜਿਆ ਮੈਂ ਤਾਂ ਵਿਆਹ ਕਰਾਉਣੀ ਹੈ ਹੁਣ ਮੈਂ ਤੁਹਾਡੇ ਦੱਸ ਕੇ ਬਾਅਦ ਤੇਰੇ ਤੇ ਕੀ ਕਰਾਂ ਪਰਚਾ ਕਰਾਂ ਕੀ ਕਰਾਂ ਤੇਰੇ ਤੇ ਮੈਂ ਦੱਸ ਪੁੱਤ ਜਿਵੇਂ ਤੈਨੂੰ ਚੰਗਾ ਲੱਗਦਾ ਕਰ ਲਾ ਪਰ ਮੇਰੇ ਤਾਂ ਉੱਤੋਂ ਦੇ ਕੰਮ ਹੁਣ ਮੈਂ ਕੀ ਕਰਾਂ ਉਹ ਤਾਂ ਬਾਹਰ ਬੈਠੀ ਹੈ ਹੈਂ ਗੱਲਾਂ ਆਪਣੀਆਂ ਤਾਂ ਗੱਲਾਂ ਹੀ ਰਹਿ ਗਈਆਂ ਤੁਸੀਂ ਬਥੇਰਾ ਕੀਤਾ ਮੈਨੂੰ ਪਤਾ ਹੈ ਸਭ ਕੁਝ ਵੇਚ ਵੱਟਤਾ ਵੇਚ ਵੱਟਤਾ ਹੁਣ ਮਾਂ ਹੁਣ ਤੈਨੂੰ ਖਾਣੇ ਤੇ ਪੜਾਉਂਦੇ ਹੁਣ ਤੈਨੂੰ ਟਾਣੇ ਵੀ ਨਹੀਂ ਪੜਾ ਸਕਦੇ ਕੀ ਤੂੰ ਬੁਜ਼ੁਰਗ ਮੈਂ ਤਾਂ ਲਗਾ ਘਰ ਵੀ ਉਹੀ ਕੋਈ ਰਹੇ ਨਹੀਂ ਰੁਜ਼ਗਾਰ ਨਹੀਂ ਰਿਹਾ ਘਰ ਵੀ ਵਿਕੂਗਾ ਕੀ ਕਰਾਂ ਜੀ ਮੈਂ ਦੱਸੋ ਤੁਸੀਂ ਦੱਸ ਦਿਓ ਵੀ ਆਹ ਕਰ ਲਓ ਭਾਈ ਹੁਣ ਉਹ ਤਾਂ ਬਾਹਰ ਹੈ ਦੇਖ ਹੁਣ ਮਾੜਾ ਮਾੜਾ ਸਮਝਾਉਣਾ ਸੀ ਵੀ ਤੂੰ ਆਹ ਕੰਮ ਨਾ ਕਰ ਬਈ ਵੀ ਵਿਆਹ ਨਾ ਕਰਾ ਕੋਈ ਗੱਲ ਨਹੀਂ ਕੰਮ ਮਿਲ ਜੂ ਦੋ ਮਹੀਨੇ ਠਹਿਰ ਕੇ ਮਿਲ ਜੂਗਾ ਕਰਦੀ ਸੀ ਮੇਰੇ ਕੋਲ ਵੀ ਗੱਲ ਜੀ ਮੈਂ ਕਿਹਾ ਤੂੰ ਆਏ ਨਾ ਕਰੀ ਕਿੰਨਾ ਉਹਨਾਂ ਨੇ ਕੰਮ ਸਾਰੇ ਕਿੰਨੇ ਕਿੰਨੇ ਤੈਨੂੰ ਪੈਸੇ ਭੇਜੇ ਮੈਂ ਕਿਹਾ 40-40 ਹਜ਼ਾਰ ਮਹੀਨੇ ਦਾ ਤੂੰ ਆਏ ਨਾ ਕਰੀ ਕਹੀ ਫਿਰ ਮੈਨੂੰ ਕੰਮ ਨਹੀਂ ਮਿਲਦਾ ਮੈਂ ਕਰਾਂਗੀ ਫਿਰ ਹੋਰ ਛੱਡਿਆ ਸੀ ਉਹਨੇ ਤੀਰ ਜਾ ਤੇ ਦੇਖੋ ਕੀ ਕਰਦੀ ਕੀ ਨਾ ਜੇ ਉਹ ਮੈਨੂੰ ਬੁਲਾਊਗੀ ਮੈਂ ਤੁਹਾਨੂੰ ਨਾਲ ਲਿਜਾਉ ਇਹੋ ਜਿਹੀ ਕੀ ਗੱਲ ਹੈ ਮੈਂ ਆਈ ਨੀ ਹੈਗੀ ਵੀ ਅਸੀਂ ਇਹੋ ਜਿਹੇ ਨੀ ਬੰਦੇ ਹੈਗੇ ਵੀ ਠੱਗੀ ਚੋਰੀ ਵਾਲੇ ਕੋਈ ਗੱਲ ਨੀ ਦੇਖਦੇ ਹਾਂ ਕੀ ਬਣਦਾ ਹੈਗਾ ਹੈਲੋ ਹਾਂ ਪੁੱਤ ਦੱਸ ਕਿਵੇਂ ਗੱਲ ਕੀ ਗੱਲ ਬਾਤ ਹੈ ਦੱਸ ਵਿਆਹ ਕਰਾ ਲਿਆ ਅੱਛਾ ਤੇ ਚੰਨੀ ਤੇ ਉਹਦੀ ਮੰਮੀ ਤਾਂ ਮੇਰੇ ਕੋਲੇ ਬੈਠੇ ਨੇ ਹੁਣ ਮੈਂ ਉਹਨਾਂ ਨੂੰ ਕੀ ਜਵਾਬ ਦੇਵਾਂ ਪੈਸੇ ਦੇਣੇ ਜਿਹੜੇ ਉਹਨਾਂ ਦੇ ਇੰਨੇ ਖਰਚ ਕਰਤੇ ਆਪਾਂ ਮੋੜਦੀ ਫਿਰ ਗੱਲ ਤੇ ਇਸ ਗੱਲ ਤੇ ਤਾਂ ਰਹੀ ਫਿਰ ਹੋਰ ਨੀ ਦੇ ਮੋੜਨੇ ਪੈਣਗੇ ਹਾਂ ਠੀਕ ਹੈ ਦੱਸ ਉਹ ਤਾਂ ਕਹਿੰਦੀ ਮੈਂ ਪੈਸੇ ਮੋੜ ਦੂੰ ਜਿਹੜੇ ਉਹਨਾਂ ਨੇ ਲੱਗੇ ਮੇਰੇ ਤੇ ਵਿਆਹ ਕਰਾ ਲਿਆ ਦੱਸ ਹੁਣ ਕਿਹੜੇ ਮੂੰਹ ਅਸੀਂ ਇੱਥੋਂ ਉੱਠ ਕੇ ਜਾਈਏ ਸਾਨੂੰ ਤਾਂ ਹੁਣ ਤੁਰਨਾ ਵੀ ਔਖਾ ਹੋ ਗਿਆ ਬੇਨਤੀ ਪੈਸੇ ਵਾਪਸ ਕਰਵਾ ਦੀ ਕਰਵਾਉਂਗੀ ਪੁੱਤ ਮੈਂ ਉਹ ਤੇਰੇ ਆਏ ਨਾ ਫਿਕਰ ਕਰ ਇਹੋ ਜਿਹੀ ਨੀ ਹੈਗੀ ਹੈ ਬੁੜੀ ਕੋਈ ਗੱਲ ਨੀ ਕੁੜੀਏ ਗੱਲ ਸੁਣ ਲਾ ਮੇਰੀ ਇਹ ਮੈਨੂੰ ਬਹੁਤ ਦੁਖੀ ਕਰਦੇ ਨੇ ਪੈਸਿਆਂ ਪਿੱਛੇ ਮੈਨੂੰ ਤਾਂ ਛੇਤੀ ਬੁਲਾ ਲਾ 15 ਦਿਨਾਂ ਦੇ ਅੰਦਰ ਅੰਦਰ ਮੇਰੀ ਫਾਈਲ ਲਾ ਦੇ ਮੈਨੂੰ ਤਾਂ ਇਹਨੇ ਰਹਿਣਾ ਦੁੱਬਰ ਕਰ ਛੱਡਿਆ ਹਾਂ ਫਿਰ ਮੈਨੂੰ ਫੋਨ ਨਾ ਕਰਨਾ ਪਵੇ ਦੁਬਾਰੇ ਚੰਗਾ ਠੀਕ ਹੈ ਚੱਲ ਆਪਾਂ ਉੱਡ ਜਾਵਾਂਗੇ 15 ਦਿਨਾਂ ਤਾਈਂ ਠੀਕ ਹੈ ਤਾਇਆ ਆਈ ਜਾਂਦਾ ਕਿਹਾ ਪੁੱਤਾ ਤੁਸੀਂ ਨਾ ਤੁਰ ਕੇ ਜਾਂਦੇ ਮੋਟਰਸਾਈਕਲ ਕਿੱਧਰ ਗਿਆ ਤੇਰਾ ਤਾਇਆ ਹੁਣ ਕੀ ਦੱਸਾਂ ਕਿਉਂ ਤੁਸੀਂ ਤਾਂ ਗੱਡੀਆਂ 'ਤੇ ਘੁੰਮਣਾ ਸੀ ਯਾਰ ਤੂੰ ਤਾਂ ਬਾਹਰਲੇ ਦੇਸ਼ ਜਾਣਾ ਸੀਗਾ ਤੂੰ ਤਾਂ ਪੈਦਲ ਤੁਰੀ ਜਾਂਦਾ ਗਾ
दुनिया सारी जायदाद पर पंजाब उत्ते फिरदा सारा काम है नी कोई विआह करा लिया ओहदे नाल थोड़े पैसे वापस कर दो कदों मैनूं काम मिले कमाले मैं हुण की मैनूं तां उम्मीद नहीं लगदी नाले विआह भी करा लिया पैसे वापस दी है नहीं उम्मीद बस ठगी बची भी एक तरह दी सारे पिंड पता लग ही गया ठगी बजी जो गए नी अठ महीने तो हो गए मैं तेन कि समझा मेरी मनी उदो मैं बंदे आपते वधिया तसली वाले बंदे आ पर तू एक नहीं मनी सानू की पता है जो अकल दे पड़दा पे ना समझाने वाले भी गलत लगता की बथेरा है उदो तेन लगता होगा कि ताया तक खनी स्वाद लैना आता तो खनी गल मारता गा साढ़े तो खनी खुश नहीं गा खुश क्यों नहीं आपका तो आप ही हों मैं तो ही चल मुंड तू नशा पत्ता नहीं करता सगा मैं चल कुड़ी वो नशा पत्ता नहीं करता चलो बंदा वधिया भाल दिया वो कहते सू मुंडे नाल मैं चाहिए गा होर कोई गल नहीं मैं तो तेन ता करा उदो सुन लगते हैं गल् मेरी बुरियां मैंने पक्का पता तुम तो होर सोचते हो गए भी इन्हें की लेना गा पर मैं तो आपदा करके कहता पर तुम मेरी एक गल नहीं मनी दसी कदों अकल से पड़ता पै जे किसी समझ नहीं आती की करिए किधर गया वो बेचता वो भी बेचता सारा घर रह गया गला ये भी गहने रखा जाता पे जी बाबा कुदरती पहले ही पता लग गया नहीं तो कौला जाके गुरद्वारे मंगण वाले हो जाते बहुत गलत काम हो गया तो चल कोई गल नहीं हूँ पैसा टाका जमी है नहीं घरे वो जमीनी आने से तो चल कोई गल नहीं जी होनी सी हो गई चल तू ऐ करी मेरे को आ जी मैं इतने लिया जरा लिया लख दो लख रुपया इन्हें परमात्मा कहानी सैट कर दूगा चल कोई गल दुकान गहने रखी हो मैं चला लूंगा एक बार दो लख च रखी हुई है की चीज दुकान भी गहने रखती दुकान भी गहने रखती और मैं की करा सर तेन आए तो देखना जी उधर पैसे मंगाई जाते मेरे ना की होगा चल डबल ठगी मार गई तेरे नाल 420 हो गई सीधी वो कहने भी पैसे वापस कर दूंगे कर दू पैसे वापस कहते ना कर दू पैसे वापस हूँ उत्थे बैठे तो की कर देगा माड़ा मोटा देख के करना चाहिए गा पहला माड़ा मोटा बंदे नूं आदत आहो चाहिए तू तो एक दम ही भेज गया उ बस भाई असि तां अन्ना यकीन कर लिया उस कुड़ी ते इही जानदा सीगा सानू की पता ठगी मां तेरे सामने आउंदी रही है चंगी भलियां गल्लां करती है हुण की पता बंदे दा मन च तां वड़े ही नहीं उहदे किसे अरे गल्लां मारदी गल्लां तां हरेक ही मारदा गल्लां मार के थोड़ी देर जीते तीजी दा हुंदा किसे ते सारा कुछ सोची सोची दा हुंदा समझी दा हुंदा माड़ा मोटा पता लाओ बंदे दा की गल है की कहानी है बंदे पिछा की है की गल आ अं चक कर दें ता ही तो मुड़के हम आ कर तो जाके बहेगी सारा कुछ सैट कर लिया तू इतने खाता फिर धक्के हूँ इतने दिहाड़ी भी नहीं होनी भी दिहाड़ी कर लेंगे दिहाड़ी कितने हो मैं दिहाड़ियाँ जोगा ही नहीं कम दुकान से किया है बहुत गलत काम हुई पर एक हल है हजे भी मेरे को दसता है हल ये है दसूंगा ता जे मनेगा हाँ मनूंगा तेरी मनने दा होर तो कोई गल नहीं कोई जिहड़ी कुड़ी दा तैनूं मैं रिश्ता कराउंदा सीगा हैं हाँ वो कुड़ी ने तैनूं मैं बाहर भेज देना चलो भेज दे उधर भेज दे उहदे नाल भेज दे ठीक है तू सौखा हो जाएगा तेरा रुपया नहीं लगन दिंदा उत्थे जाके सारा तेरा कर्जा लै जाऊगा हजे भी तेरे एक रुपया नहीं लगन दिंदा बस तेन बाहर जाके बहा देंगे बस गल निबड़ गई तेरे होनी जड़ी होगी ठीक है ठीक है आहो
अपने बगाने च फर्क नहीं पता लगे भी बगाने भी अपने कदे बन जाते कड़े अपने तो अपने होंगे करके तो आप पिछे पे पे हाँ जो एक दूजे ने समझते नहीं गए आप मन च जल पाई बैठे हैं उदो तेन ऐ लगे ताया खानी की करता फिर गा पर मेरे मन च तो यही सोच सी भी चल मुंडा नशा नहीं करता भी चंगे वो परिवार वधिया गा भी चल ये बहर वग जूगा सौखा जो है तो आप मैं तो गुल गल सोची सी आह पर मैनू कहता भाई छोटे मन च की चली जाता गा अजे ऐ नहीं सोचा भी आपका वडूगा छावे सिटूगा तो बगाना वडू धुप्पी सिटूगा वो गल होगी साढ़े नाल चल कोई गल नहीं जरा कुछ होना अज तो हो गया तू मेरे को आ जी गेरा तो ना तो पैसा टके लिया जरा लिया जरा दुकान दुकान चाहिए छड़ा ला केर चढ़ा तो नहीं केर हम रोज तो कुछ नहीं बनता जो हम रोज जाएंगे तो कोई हल नहीं होंगे ठीक है ठीक है आहो आ जी मेरे को चल ठीक है फिर मैं चल दंगा आप तो भी करी जाते जी आपका वडूगा कहना छावे सिटूगा हूं आपका काम ही आया बगाना तो नहीं आया तो भज गए फिर भी कह के गया तू जिन्ने रुपया की लोड़ है तू मेरे को आ जी चल ठीक है मां जाए कल हो चंगा आ भी मैं आपके उत्ते बगाने के फर्क भुल गया से अपने अपने होंगे कहते होंगे क्या अपना वडूगा तो छावे सिटूगा तो अपने का यकीन करना चाहिए भाई बगाने का ना चीज यकीन करे कदम भी तो पैसा लाना तो सोच समझ के लाया करो मेन गल बाहर जाके कोई फायदा ही नहीं पहली गल इतनी भी पैंती हज़ार लख इतनी लाओ कम तो इतनी बहुत वधिया चलता बट पैंती लख लाता तो ब्याज ही नहीं खाई जाए फ्री च नाले उत्ते जाके आप दिहाड़ियाँ करनिया तो मंगते वाला काम करना तो इतने आप सरदार हैं बाद बहुत औखा हो जाता जे किसी भैन भाई ने जाना जाओ बड़ी खुशी ना जिदे को आपके पैसे है जे आप पहला पैसे ला दें कुड़ी भी ला दें कुड़ी उधर पा गए बाद बुला ठगियां बजी जाए जे मुंडिया ने लाता कुड़ी ने धोखा कर देना कुड़ी वाले मुंडे ने कर देंगे ये गलों से कोई फायदा नहीं आपका सोच समझ के करो जे आपके को गुजायश हैगी जरूर जाओ भाई धन्यवाद।